ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਾਰੇ ਅਨੁਰਾਗ ਏਕੰਕਾਰਾ ਸਤਿਗੁਰੂ ਇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਇਮੁਨੋ ਰੰਗ ਔਰ ਹਰਖ ਕੈ ਉੱਤਮ ਵਸਤ ਵਿਸ਼ਾਲ ਨਿਤ ਪ੍ਰਤ ਭੇਜਤ ਰਹਿਤ ਹੈ ਸਨਮਾਨਤ ਸਭ ਕਾਲ ਏਮੋ ਨੌ ਰੰਗ ਔਰ ਹਰਖ ਕੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਟਲ ਦਸਾਂ ਪਾਤਸ਼ਾਹੀਆਂ ਦੇ ਆਤਮ ਸਰੂਪ ਗਿਆਨ ਦੇ ਸਾਗਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਵਿਖੇ ਸੋਭਨੀਕ ਪਰਮ ਸਨਮਾਨਯੋਗ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀਓ ਵੱਡੇ ਭਾਗਾਂ ਦੇ ਨਾਲ ਸਤਸੰਗਤ ਦਾ ਮਹਾਨ ਪਵਿੱਤਰ ਪੁਰਸ਼ਾਰਥ ਪ੍ਰਾਪਤ ਹੋ ਰਿਹਾ ਹੈ। ਗੁਰੂ ਚਰਨਾਂ ਦੇ ਵਿੱਚ ਸ਼ਹੀਦਾਂ ਦੀ ਮਹਾਨ ਪਵਿੱਤਰ ਧਰਤੀ 'ਤੇ ਜੁੜ ਕੇ ਆਪਣੇ ਮਨੁੱਖਾ ਜਨਮ ਨੂੰ ਸਵਾਰਨ ਦੇ ਇਸ ਮਹਾਨ ਸਰੰਜਾਮ ਦੇ ਵਿੱਚ ਜੁੜੀਏ। ਸਤਿਗੁਰੂ ਜੀ ਕਿਰਪਾ ਕਰਨ ਸਰਬੱਤ ਸੰਗਤਾਂ ਦੀ ਹਾਜ਼ਰੀ ਤਨ ਕਰਕੇ ਮਨ ਕਰਕੇ ਆਪਣੇ ਪਵਿੱਤਰ ਚਰਨਾਂ ਕਮਲਾਂ ਦੇ ਵਿੱਚ ਲਵਾ ਲੈਣ। ਲੜੀਵਾਰ ਰੂਪ ਦੇ ਵਿੱਚ ਗੁਰੂ ਕੇ ਇਤਿਹਾਸ ਦੀ ਕਥਾ ਸੁਣਦਿਆਂ ਪਿੱਛੇ ਆਪਾਂ ਇਹ ਪ੍ਰਸੰਗ ਸ੍ਰੀ ਗੁਰਪ੍ਰਤਾਪ ਸੂਰਜ ਦੀ ਨੌਵੀਂ ਰਾਸ ਦੇ 40ਵੇਂ ਅੰਸੂ ਵਿੱਚ ਸ਼੍ਰਵਣ ਕੀਤਾ ਕਿ ਰਾਮ ਰਾਏ ਔਰੰਗਜ਼ੇਬ ਦੇ ਦਰਬਾਰ ਵਿੱਚ ਆਪਣੀ ਆਤਮ ਸੱਤਾ ਕਰਾਮਾਤਾਂ ਦਾ ਪ੍ਰਗਟਾਵਾ ਕਰਦਾ ਪਿਆ ਅਤੇ ਪਿਛਲੇ ਪ੍ਰਸੰਗ ਵਿੱਚ ਇੱਕ ਹਾਜੀ ਹੱਜ ਕਰਕੇ ਮੱਕੇ ਤੋਂ ਆਇਆ ਉਹ ਤੋਂ ਪ੍ਰਸ਼ਾਦ ਦੇ ਰੂਪ ਦੇ ਵਿੱਚ ਖਜੂਰਾਂ ਲਿਆਇਆ। ਔਰੰਗਜ਼ੇਬ ਨੇ ਰਾਮ ਰਾਏ ਤਾਈਂ ਇਹ ਬਚਨ ਕਹਿ ਕਿ ਜੇ ਤੁਸੀਂ ਮੁਸਲਮਾਨ ਹੁੰਦੇ ਅਤੇ ਉੱਥੇ ਜਾ ਕੇ ਮੱਕੇ ਜਾ ਕੇ ਵੇਖਦੇ ਉੱਥੇ ਤੁਹਾਨੂੰ ਇਹ ਪਤਾ ਲੱਗਦਾ ਕਿ ਕਿਸ ਪ੍ਰਕਾਰ ਕਿੰਨਾ ਸੋਹਣਾ ਦ੍ਰਿਸ਼ ਹੈ, ਕਿੰਨੇ ਸੋਹਣੇ ਫਲ ਨੇ, ਤਾਂ ਤੁਸੀਂ ਉੱਥੇ ਜਾ ਨਹੀਂ ਸਕਦੇ। ਜੇ ਜਾ ਸਕਦੇ ਹੁੰਦੇ ਤਾਂ ਤੁਹਾਨੂੰ ਪਤਾ ਹੁੰਦਾ। ਜੇ ਤੁਹਾਡੇ ਵਿੱਚ ਇਹ ਸ਼ਕਤੀ ਹੈ, ਇਹ ਸੱਤਾ ਹੈ, ਤਾਂ ਆਪ ਜੀ ਉੱਥੋਂ ਮੱਕੇ ਤੋਂ ਇਹ ਜਿਹੜੇ ਫਲ ਨੇ ਇਹ ਮੰਗਵਾ ਕੇ ਇਹ ਮੈਨੂੰ ਦੱਸੋ। ਤਾਂ ਰਾਮ ਰਾਏ ਨੇ ਫੌਰਨ ਹੀ ਆਤਮ ਸੱਤਾ ਨੂੰ ਵਰਤਦੇ ਹੋਏ ਮੱਕੇ ਦੀਆਂ ਖਜੂਰਾਂ ਉਹ ਝਾਟੀ ਪ੍ਰਗਟ ਕਰ ਦਿੱਤੀਆਂ। ਜਦੋਂ ਵੇਖੀਆਂ ਪਰਖੀਆਂ ਇਹ ਸੱਚਮੁੱਚ ਮੱਕੇ ਦੀਆਂ ਹੀ ਖਜੂਰਾਂ ਨੇ, ਪਰ ਐਨ ਤਰੋ ਤਾਜ਼ੀਆਂ ਨੇ। ਬਹੁਤ ਹੈਰਾਨ ਹੋਏ ਸਾਰੇ। ਔਰੰਗਜ਼ੇਬ ਬੜਾ ਜ਼ਿਆਦਾ ਪ੍ਰਭਾਵਿਤ ਹੋਇਆ ਇਹ ਵੇਖ ਕੇ। ਮੌਲਾਣੇ ਬੜੇ ਦੁਖੀ ਹੋਏ। ਔਰੰਗਜ਼ੇਬ ਸੋਚਦਾ ਹੈ
ਇਹ ਬੰਦਾ ਮੇਰੇ ਬੜੇ ਕੰਮ ਦਾ ਹੈ, ਆਉਣ ਵਾਲੇ ਸਮੇਂ ਵਿੱਚ ਮੇਰੇ ਬੜੇ ਕੰਮ ਆਵੇਗਾ, ਇਹਨੂੰ ਮੈਂ ਆਪਣੇ ਪਾਸ ਕਿਸੇ ਨਾ ਕਿਸੇ ਤਰ੍ਹਾਂ ਪ੍ਰਸੰਨ ਕਰਕੇ ਰੱਖਾਂ। ਅਗਲੀ ਆਓ ਜਿਹੜੀ ਕਰਾਮਾਤ ਹੈ, ਅਗਲਾ ਪ੍ਰਸੰਗ ਹੈ, ਬੜੇ ਪਿਆਰ ਦੇ ਨਾਲ ਸੁਣੀਏ। ਸਰਬੱਤ ਸੰਗਤ ਲਵਾਓ ਹਾਜ਼ਰੀਆਂ, ਕਰੋ ਰਸਨਾ ਨੂੰ ਪਵਿੱਤਰ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਇਹ ਮਨੋਰੰਗ ਔਰ ਹਰਖ ਕੈ ਉੱਤਮ ਵਸਤ ਵਿਸਾਲ। ਇਸ ਪ੍ਰਕਾਰ ਔਰੰਗਜ਼ੇਬ ਮਨ ਦੇ ਵਿੱਚ ਬੜਾ ਪ੍ਰਸੰਨ ਹੋ ਕੇ ਰਾਮ ਰਾਏ ਵਾਸਤੇ ਵਧੀਆ ਵਧੀਆ ਕੀਮਤੀ ਕੀਮਤੀ ਵਸਤੂਆਂ ਭੇਟਾ ਦੇ ਰੂਪ ਦੇ ਵਿੱਚ ਲਿਆਉਂਦਾ। ਨਿਤ ਪ੍ਰਤ ਭੇਜਤ ਰਹਿਤ ਹੈ ਸਨਮਾਨਤ ਸਭ ਕਾਲ। ਹਰ ਵਾਰੀ ਆਪ ਜੀ ਦੀ ਰਾਮ ਰਾਏ ਦੀ ਵਡਿਆਈ ਕਰਦਾ, ਸਨਮਾਨ ਕਰਦਾ, ਤੇ ਰੋਜ਼ ਹੀ ਕੋਈ ਨਾ ਕੋਈ ਚੀਜ਼ ਭੇਟਾ ਦੇ ਰੂਪ ਵਿੱਚ ਭੇਜਦਾ। ਚੌਪਈ ਦੇਸ਼ ਵਿਦੇਸ਼ਣ ਵਸਤੂ ਆਵੇ, ਦੇਸ਼ ਵਿਦੇਸ਼ ਦੂਰੋਂ ਨੇੜਿਓਂ ਕੀਮਤੀ ਚੀਜ਼ਾਂ ਆਉਂਦੀਆਂ, ਸਤਿਗੁਰ ਸੁੱਤ ਕੇ ਨਿਕਟ ਪਠਾਵੇ। ਉਹ ਬਾਬਾ ਰਾਮ ਰਾਏ ਜੀ ਦੇ ਕੋਲ ਭੇਜ ਦਿੰਦਾ ਔਰੰਗਜ਼ੇਬ। ਜ਼ਰਦਾਲੂ ਨਸ਼ਪਾਤੀ ਸੇਵ। ਸਾਧ ਸੰਗਤ ਜੀ, ਇਸ ਤਰ੍ਹਾਂ ਬਹੁਤ ਕੀਮਤੀ ਕੀਮਤੀ ਫਲ, ਮਿੱਠੇ ਨਾਸ਼ਪਤੀ ਸੇਬ, ਤੇ ਇਸੇ ਤਰ੍ਹਾਂ ਹੋਰ ਵੀ ਕਈ ਪ੍ਰਕਾਰ ਦੇ ਜਿਹੜੇ ਕੀਮਤੀ ਫਲ ਨੇ ਉਹ ਭੇਜਦਾ। ਮੇਵਾ ਪਠ ਹੈ ਕਰ ਹੈ ਬਹੁ ਸੇਵ। ਤੇ ਦੂਰ ਦੇਸ਼ਾਂ ਤੋਂ, ਅਫਗਾਨਿਸਤਾਨ ਵਗੈਰਾ ਤੋਂ ਆਏ ਹੋਏ ਜਿਹੜੇ ਕੀਮਤੀ ਮੇਵੇ ਉਹ ਭੇਜਦਾ ਬਾਬਾ ਰਾਮ ਰਾਏ ਜੀ ਨੂੰ ਖੁਸ਼ ਕਰਨ ਲਈ। ਭਾਂਤ ਭਾਂਤ ਕੇ ਧਰਮ ਕਨੇ, ਕਈ ਕਈ ਪ੍ਰਕਾਰ ਦੇ ਜਿਹੜੇ ਅਨਾਰ ਵਗੈਰਾ, ਖਾਰਕ ਖੋਪੇ ਜਾਹੇ ਨਾ ਗਨੇ, ਸ਼ਵਾਰੇ ਇਤਿਆਦਕ, ਪਤਾ ਨੀ ਕਿੰਨੀਆਂ ਚੀਜ਼ਾਂ, ਸਾਰੀਆਂ ਗਿਣੀਆਂ ਨੀ ਜਾਂਦੀਆਂ। ਦਿੱਲੀ ਮਹਿ ਉਪ ਬਨ ਤੇ ਆਵੇ, ਜਿਹੜੇ ਦਿੱਲੀ ਦੇ ਵਿੱਚ ਵੀ ਬੜੇ ਬੜੇ ਤਗੜੇ ਤਗੜੇ ਬਾਗ ਨੇ ਉਹਨਾਂ ਦੇ ਫਲ ਵੀ ਉਹ ਵੀ ਭੇਜਦਾ। ਫਲ ਦਲ ਫੂਲ ਅਨੇਕ ਪਠਾਵੇ, ਬੜੀ ਤਰ੍ਹਾਂ ਦੇ ਫਲ, ਬੜੀ ਤਰ੍ਹਾਂ ਦੇ ਫੁੱਲ, ਹਰ ਕੀਮਤੀ ਸ਼ੈ ਉਹ ਬਾਬੇ ਰਾਮ ਰਾਏ ਵੱਲ ਭੇਜ ਦਿੰਦਾ। ਬਹੁਤ ਮੋਲ ਕੇ ਬਸਤਰ ਸੁਹਾਵੇ, ਜਿਹੜੇ ਬਹੁਤ ਕੀਮਤੀ ਬਹੁਮੁੱਲੇ ਕੱਪੜੇ ਹੁੰਦੇ ਉਹ ਵੀ ਬਾਬੇ ਰਾਮ ਰਾਏ ਵੱਲ। ਅਪਰਨ ਕੋ ਦੁਰਲੱਭ ਨਹਿ ਪਾਵੇ, ਹੋਰ ਵੀ ਜਿਹੜੀ ਦੁਰਲੱਭ ਚੀਜ਼ ਹੁੰਦੀ ਨਾ ਉਹ ਬਾਬੇ ਰਾਮ ਰਾਏ ਨੂੰ ਦੇ ਦਿੰਦਾ। ਵਰਨ ਵਰਨ ਕੇ ਸੁੰਦਰ ਦਿਖ ਹੈ, ਅਨੇਕਾਂ ਅਨੇਕਾਂ ਵਰਨਾਂ ਦੇ ਜਿਹੜੇ ਸੁੰਦਰ ਸੁੰਦਰ ਦਿਸਣ ਵਾਲੇ। ਭੇਜਤ ਪਹਿਰਨ ਆਪ ਸਰੀਖ ਹੈ, ਆਪਣੇ ਪਹਿਨਣ ਲਈ ਮੰਗਵਾਏ ਹੁੰਦੇ ਉਹ ਵੀ ਬਾਬਾ ਰਾਮ ਰਾਏ ਜੀ ਨੂੰ ਦੇ ਦਿੰਦਾ। ਦਰਬ ਅਧਿਕ ਰੋਜ਼ਨ ਕੋ ਆਵੇ, ਬੜਾ ਬੜਾ ਧਨ ਸੀ ਜਿਹੜਾ ਦੂਰ ਦੁਰਾਂਡੇ ਦੇ ਦੇਸ਼ਾਂ ਤੋਂ ਮਾਮਲੇ ਦੇ ਰੂਪ ਵਿੱਚ ਆਉਂਦਾ। ਦਿਨ ਪ੍ਰਤ ਆਤ ਸਨਮਾਨ ਬਿਰਧਾਵੇ, ਉਹਦੇ ਵਿੱਚੋਂ ਬੜਾ ਧਨ ਬਾਬਾ ਰਾਮ ਰਾਏ ਨੂੰ ਦੇ ਕੇ ਉਹਨਾਂ ਦਾ ਸਨਮਾਨ ਵਧਾਉਂਦਾ ਔਰੰਗਜ਼ੇਬ। ਬਿਸਮੈ ਬੁੱਧ ਤੇ ਬਹੁਤ ਵਿਚਾਰ, ਬਹੁਤ ਹੈਰਾਨੀ ਹੁੰਦੀ ਬਾਕੀਆਂ ਨੂੰ, ਬੜਾ ਵਿਚਾਰ ਕਰਦੇ ਵੀ ਇਹ ਸਾਰਾ ਕੁਝ ਰਾਮ ਰਾਏ ਨੂੰ ਕਿਉਂ ਦਈ ਜਾਂਦਾ ਹੈ। ਇਸ ਬਾਸੁਰ ਮਨ ਮਾਹੇ ਸੰਭਾਰ, ਔਰੰਗਜ਼ੇਬ ਰੋਜ਼ ਰਾਮ ਰਾਏ ਨੂੰ ਚੇਤੇ ਕਰਦਾ ਹੈ। ਕਬਹ ਕਚਹਿਰੀ ਸਮੇਂ ਬੁਲਾਵੇ, ਜਦੋਂ ਕਚਹਿਰੀ ਲੱਗਦੀ ਤੇ ਰਾਮ ਰਾਏ ਨੂੰ ਬੁਲਾਵਾ ਭੇਜ ਦਿੰਦਾ। ਬਾਬ ਇਕਲ ਹੀ ਸੁਣੈ ਸੁਣਾਵੇ, ਤੇ ਕਈ ਵਾਰਾਂ ਇਕਾਂਤ ਵਿੱਚ, ਕਚਹਿਰੀ ਵਿੱਚ ਨਹੀਂ ਇਕਾਂਤ ਵਿੱਚ ਬਹਿ ਕੇ ਗੱਲਾਂ ਬਾਤਾਂ ਕਰਦੇ। ਇੱਕ ਦਿਨ ਬੈਠ ਪਾਲਕੀ ਆਵਾ, ਇੱਕ ਦਿਨ ਸਾਧ ਸੰਗਤ ਜੀ ਪਾਲਕੀ ਦੇ ਵਿੱਚ ਬੈਠ ਕੇ ਬਾਬਾ ਰਾਮ ਰਾਏ ਮਹਾ ਪ੍ਰੇਮ ਤੇ ਪਾਸ ਬਹਾਵਾ, ਔਰੰਗਜ਼ੇਬ ਨੇ ਬੜੇ ਪ੍ਰੇਮ ਨਾਲ ਬਾਬੇ ਰਾਮ ਰਾਏ ਨੂੰ ਬੁਲਾਇਆ, ਆਪਣੇ ਕੋਲ ਬਿਠਾ ਲਿਆ। ਕਹਿਤ ਪਇਓ ਗਤ ਗੁਪਤ ਬਤਾਵੋ, ਆਖਣ ਲੱਗਾ ਕਿ ਮੈਂ ਅੱਜ ਤੁਹਾਡੇ ਕੋਲੋਂ ਕੋ ਗੁਪਤ ਗੱਲ ਪੁੱਛ ਕੇ ਵੇਖਣੀ ਹੈ, ਇਹੋ ਜਿਹੀ ਕਿ ਜਿਹਦਾ ਕਿਸੇ ਨੂੰ ਪਤਾ ਨਾ ਹੋਵੇ ਮੇਰੇ ਤੋਂ ਸਿਵਾਏ। ਮੁਝ ਮਨ ਮਹਿ ਜਿਮ ਹੋਏ ਸੁਣਾਵੋ, ਮੇਰੇ ਮਨ ਦੇ ਵਿੱਚ ਤੁਹਾਡੀ ਕਰਾਮਾਤ ਦਾ ਭਰੋਸਾ ਬੱਝ ਜਾਵੇ, ਇਹੋ ਜਿਹੀ ਗੱਲ ਮੈਂ ਤੁਹਾਨੂੰ ਪੁੱਛਾਂਗਾ, ਉਹ ਤੁਸੀਂ ਮੈਨੂੰ ਸੁਣਾਓ। ਕਿਸ ਬੇਗਮ ਸੰਗ ਹੈ ਮਮ ਪਿਆਰੂ, ਮੇਰੀਆਂ ਬੜੀਆਂ ਬੇਗਮਾਂ ਨੇ, ਤੁਸੀਂ ਮੈਨੂੰ ਰਾਮ ਰਾਏ ਜੀ ਇਹ ਦੱਸੋ
ਕਿਹੜੀ ਬੇਗਮ ਦੇ ਨਾਲ ਮੇਰਾ ਸਭ ਤੋਂ ਜ਼ਿਆਦਾ ਪ੍ਰੇਮ ਹੈ? ਰਮੋ ਹੋਏ ਖੁਸ਼ ਰੂਪ ਉਦਾਰੂ, ਤੇ ਉਸ ਬੇਗਮ ਦੇ ਬਾਬਤ ਮੈਨੂੰ ਦੱਸਣਾ ਕਰੋ, ਉਹ ਬੇਗਮ ਕਿਹੜੀ ਹੈ, ਉਹਦੇ ਨੈਣ ਨਕਸ਼ ਮੈਨੂੰ ਦੱਸੋ। ਤਿਸ ਕੋ ਨਾਮ ਮੋਹੇ ਕਹਿ ਦੀਜੈ, ਨਾਲ ਮੈਨੂੰ ਉਹਦਾ ਨਾਮ ਵੀ ਦੱਸੋ, ਕਿਉਂਕਿ ਜਿਹੜੀ ਮੇਰੇ ਹਰਮ ਦੀ ਗੱਲ ਹੈ ਉਹ ਤੇ ਬਾਹਰ ਨਹੀਂ ਜਾ ਸਕਦੀ ਨਾ ਕਿਸੇ ਵੀ ਤਰ੍ਹਾਂ, ਉਹ ਮੈਨੂੰ ਪਤਾ ਹੈ ਜਾਂ ਫਿਰ ਮੇਰੀ ਉਸ ਬੇਗਮ ਨੂੰ ਪਤਾ। ਹੋ ਸਕਦਾ ਬੇਗਮਾਂ 'ਚੋਂ ਕਿਸੇ ਨੂੰ ਵੀ ਨਾ ਪਤਾ ਹੋਵੇ ਕਿ ਮੈਂ ਕਿਹਨੂੰ ਸਭ ਤੋਂ ਵੱਧ ਵਧੇਰੇ ਚਾਹੁੰਦਾ, ਕਿਹਨੂੰ ਵਧੇਰੇ ਪ੍ਰੇਮ ਕਰਦਾ, ਇਹ ਗੱਲ ਤਾਂ ਕਿਸੇ ਨੂੰ ਨਹੀਂ ਪਤਾ ਹੋ ਸਕਦੀ। ਇਸ ਗੱਲ ਨੂੰ ਜੇ ਤੁਸੀਂ ਬੁੱਝ ਜਾਓ ਤਾਂ ਮੈਂ ਤੁਹਾਨੂੰ ਮੰਨਾ। ਬੈਸ ਬਰਨ ਕੇ ਪਤੇ ਕਹੀ ਜੈ, ਬਾਕੀ ਵੀ ਮੈਨੂੰ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਮਝਾਓ ਦੱਸੋ ਤਾਂ ਕਿ ਮੈਨੂੰ ਯਕੀਨ ਹੋਵੇ। ਸਭ ਬੇਗਮ ਤੇ ਅਦਕ ਸਨੇਹ, ਸਾਰੀਆਂ ਬੇਗਮਾਂ ਦੇ ਵਿੱਚੋਂ ਕਿਹਦੇ ਨਾਲ ਮੇਰਾ ਸਭ ਤੋਂ ਵੱਧ ਸਨੇਹ ਹੈ? ਸੋ ਬਤਾਏ ਦੀਜੈ ਮਮ ਗ੍ਰਹਿ, ਉਹ ਗੱਲ ਮੈਨੂੰ ਛੇਤੀ ਸਮਝਾਓ ਦੱਸ ਦਿਓ। ਪ੍ਰਥਮ ਕੀਨ ਅਜ਼ਮਤ ਤੁਮ ਜੋਈ, ਪਹਿਲਾਂ ਜਿਹੜੀਆਂ ਕਰਾਮਾਤਾਂ ਤੁਸਾਂ ਕੀਤੀਆਂ ਨੇ, ਭਾਵੇਂ ਮੱਕੇ ਦੇ ਫਲ ਮੰਗਾਉਣ ਦੀ ਗੱਲ ਸੀ, ਭਾਵੇਂ ਉਹ ਗੁਪਤ ਗੱਲਾਂ ਉਹ ਖੂਹ ਦੇ ਉੱਤੇ ਬੈਠਣ ਵਾਲੀ ਗੱਲ ਸੀ, ਜਾਂ ਉਹ ਬੱਕਰਾ ਜਿਉਂਦਾ ਕਰਨ ਵਾਲੀ ਗੱਲ ਸੀ, ਜ਼ਹਿਰ ਵਾਲੀ ਪੁਸ਼ਾਕ ਪਹਿਨਣ ਦੀ ਗੱਲ ਸੀ, ਜਾਂ ਉਹ ਜਿਹੜਾ ਹਲਾਲ ਤੋਂ ਫੁੱਲ ਬਣਾਉਣ ਦੀ ਗੱਲ ਸੀ, ਜਿੰਨੀਆਂ ਵੀ ਬਾਤਾਂ ਹੋਈਆਂ ਨੇ ਅੰਤਰ ਜਾਮਤਾ ਤਿਸੈ ਨਾ ਹੋਈ, ਉਹਨਾਂ ਦੇ ਨਾਲ ਮੇਰੇ ਮਨ ਨੂੰ ਇਹ ਯਕੀਨ ਨਹੀਂ ਹੋਇਆ ਵੀ ਤੁਸੀਂ ਅੰਤਰ ਜਾਮੀ ਹੋ, ਕਿਉਂਕਿ ਉਹਦੇ ਵਿੱਚ ਹੋ ਸਕਦਾ ਹੈ ਮੇਰਾ ਕੋਈ ਭੇਤੀ ਬੰਦਾ ਤੁਸਾਂ ਨਾਲ ਰਲਾਇਆ ਹੋਵੇ, ਉਹ ਕੋਈ ਨਾ ਕੋਈ ਗੜਬੜ ਕਰ ਦਿੰਦਾ ਹੋਵੇ, ਇਸ ਕਰਕੇ ਆ ਜੇ ਤੁਸੀਂ ਮੈਨੂੰ ਦੱਸੋਗੇ ਮੈਨੂੰ ਵਾਕਿਆ ਹੀ ਯਕੀਨ ਹੋ ਜਾਵੇਗਾ। ਜਬ ਇਹੋ ਕਰੋ ਬਤਾਵਣ ਸੁਆਮੀ, ਇਹ ਗੱਲ ਮੈਨੂੰ ਹੇ ਸੁਆਮੀ ਦੱਸਣਾ ਕਰੋ, ਤਬ ਜਾਣੋ ਗੁਰ ਅੰਤਰ ਜਾਮੀ, ਤਾਂ ਮੈਂ ਤੁਹਾਨੂੰ ਅੰਤਰ ਜਾਮੀ ਅੰਦਰ ਦੀ ਬੁੱਝਣ ਵਾਲਾ ਜਾਣਾਂਗਾ। ਸ਼੍ਰੀ ਸਤਿਗੁਰ ਨੰਦਨ ਸੁਣ ਕਾਹਨ, ਸ਼੍ਰੀ ਸਤਿਗੁਰੂ ਜੀ ਕੇ ਪੁੱਤਰ ਨੇ ਰਾਮ ਰਾਏ ਨੇ ਇਹ ਗੱਲ ਸੁਣ ਕੇ ਤਤਸ਼ੇਨ ਕੀਨਸ ਬਾਕ ਬਖਾਹਨ, ਉਸੇ ਵੇਲੇ ਹੀ ਬਿਨਾਂ ਦੇਰੀ ਕੀਤਿਆਂ ਇਹ ਬਚਨ ਕਰ ਦਿੱਤੇ। ਇਸ ਬੇਗਮ ਕੋ ਨਾਮ ਬਤਾਵਾ, ਉਸ ਬੇਗਮ ਦਾ ਨਾਂ ਦੱਸ ਦਿੱਤਾ। ਵਰਨ ਸਰੂਪ ਪੁਨਹ ਬਿਦਤਾਵਾ, ਕੱਲਾ ਨਾਂ ਹੀ ਨਹੀਂ ਦੱਸਿਆ, ਉਹਦੀ ਸ਼ਕਲ ਸੂਰਤ ਬਾਰੇ ਨਿਸ਼ਾਨੀਆਂ ਵੀ ਦੱਸ ਦਿੱਤੀਆਂ। ਸੁਨਤ ਅਚੰਬੈ ਨੌ ਰੰਗ ਹੋਵਾ, ਇਹ ਸੁਣਦਿਆਂ ਸਾਰ ਔਰੰਗਜ਼ੇਬ ਹੈਰਾਨ ਹੀ ਹੋ ਗਿਆ ਵੀ ਇਹ ਗੱਲ ਮੇਰੇ ਤੋਂ ਸਿਵਾ ਕੋਈ ਦੂਜਾ ਜਾਣਦਾ ਹੀ ਨਹੀਂ, ਇਹ ਮੈਂ ਕਿਸੇ ਦੇ ਕੋਲ ਕਦੀ ਕੋਈ ਗੱਲ ਕੀਤੀ ਹੀ ਨਹੀਂ। ਕਹੀ ਸੱਚ ਜਿਮ ਢਿੱਗ ਥਿਤ ਜੋਹਵਾ, ਇਹਨੇ ਸਾਰੀ ਗੱਲ ਸੱਚ ਦੱਸ ਦਿੱਤੀ ਹੈ ਜਿਹੜੀ ਮੇਰੇ ਦਿਲ ਦੇ ਅੰਦਰ ਦਫਨ ਸੀ। ਭੇਦ ਰੱਖਣ ਵਿੱਚ ਔਰੰਗਜ਼ੇਬ ਬੜਾ ਲਾਸਾਨੀ ਸੀ, ਇਹ ਉਹਦੇ ਬਰਾਬਰ ਕੋਈ ਹੋਰ ਭੇਦ ਨਹੀਂ ਸੀ ਰੱਖ ਸਕਦਾ। ਔਰੰਗਜ਼ੇਬ ਜਿਹੜੀ ਗੱਲ ਲੁਕਾਉਣੀ ਹੋਵੇ ਨਾ ਸਾਧ ਸੰਗਤ ਜੀ, ਐਸੀ ਲੁਕਾਉਂਦਾ ਸੀ ਕਿ ਕਿਸੇ ਨੂੰ ਪਤਾ ਹੀ ਕੋਈ ਨਹੀਂ ਸੀ ਲੱਗਦਾ ਵੀ ਇਹਦੇ ਦਿਲ ਵਿੱਚ ਕੀ ਹੈ, ਸ਼ੱਕ ਵੀ ਨਹੀਂ ਸੀ ਹੁਣ ਦਿੰਦਾ। ਤੋ ਬਾਬੇ ਰਾਮ ਰਾਏ ਦੇ ਕੋਲੋਂ ਜਦੋਂ ਇਹ ਅੰਦਰ ਵਾਲੀ ਭੇਤ ਵਾਲੀ ਗੱਲ ਸੁਣ ਲਈ, ਹੈਰਾਨ ਹੋ ਗਿਆ ਕਿ ਐਸੇ ਭੇਤ ਖੋਲ੍ਹਣ ਦੀ ਤਾਕਤ ਜੇ ਇਹਦੇ ਕੋਲ ਹੈ, ਜੇ ਇਹ ਏਡਾ ਵੱਡਾ ਇਹ ਅੰਤਰਜਾਮੀ ਹੈ, ਤੇ ਇਹਦੇ ਬਰਾਬਰ ਇਹਦੇ ਸਮਾਨ ਕੋਈ ਹੋਰ ਹੋ ਹੀ ਨਹੀਂ ਸਕਦਾ। ਮਨ ਮਹਿ ਜਾਣਿਓ ਏਮ ਸਮ ਦੂਜਾ, ਆਪਣੇ ਮਨ ਵਿੱਚ ਸੋਚਦਾ ਹੈ ਇਹਦੇ ਸਮਾਨ ਕੋਈ ਦੂਜਾ ਕਿਤੇ ਵੀ ਨਹੀਂ। ਨਹਿ ਜਗ ਮਹਿ ਜਿਸ ਕੀ ਹੋਏ ਪੂਜਾ, ਜਗਤ ਦੇ ਵਿੱਚ ਸਾਚੀ ਲੋਕ ਇਹਦੀ ਪੂਜਾ ਕਰਦੇ ਨੇ, ਏਡੀ ਕਰਾਮਾਤ ਦਾ ਮਾਲਕ ਹੈ। ਸੁਣਤ ਹੁਤੋ ਸਿੱਖਣ ਗੁਰ ਅਹੈ, ਮੈਂ ਸੁਣਿਆ ਤੇ ਸੀ ਵੀ ਇਹ ਜਿਹੜੇ ਸਿੱਖਾਂ ਦੇ ਗੁਰੂ ਨੇ ਇਹਨਾਂ ਦੇ ਕੋਲ ਬੜੀ ਤਾਕਤ ਹੈ। ਅਬ ਪਰਖੇ ਜਿਨ ਤੇ ਸਭ ਲਹੈ, ਮੈਂ ਪਰਖ ਕੇ ਵੀ ਵੇਖ ਲਿਆ ਵੀ ਸਾਰੀਆਂ ਗੱਲਾਂ ਸੱਚ ਹੋ ਗਈਆਂ ਨੇ। ਬਹੁਤ ਪ੍ਰਸੰਨ ਸ਼ਾਹੋ ਮਨ ਭਇਓ, ਇਸ ਤਰ੍ਹਾਂ ਬਾਦਸ਼ਾਹ ਪ੍ਰਸੰਨ ਵੀ ਬੜਾ ਹੈ। ਪ੍ਰਸੰਨ ਇਸ ਲਈ ਹੈ ਕਿ ਰਾਮ ਰਾਏ ਇਹਦੇ ਅੱਗੇ ਅੜਦਾ ਨਹੀਂ ਪਿਆ, ਜੇ ਰਾਮ ਰਾਏ ਅੜ ਜਾਂਦਾ ਫਿਰ ਇਹਨੇ ਦੁਖੀ ਹੋਣਾ ਸੀ ਤੇ ਕਹਿਣਾ ਸੀ ਇਹਨੂੰ ਮਰਵਾ ਦਿਓ, ਪਰ ਇਸ ਵੇਲੇ ਪ੍ਰਸੰਨ ਹੈ ਕਿ ਇਹ ਰਾਮ ਰਾਏ ਮੇਰੇ ਹੱਥਾਂ ਦਾ ਖਿਡਾਉਣਾ ਬਣ ਚੁੱਕਾ ਹੈ। ਅਤਸਨ ਮਾਨਤ ਸੰਸੈ ਸ਼ਯੋ, ਬਹੁਤ ਉਹਨੂੰ ਖੁਸ਼ ਹੋ ਕੇ ਸਨਮਾਨਿਤ ਕਰਦਾ ਹੈ ਤੇ ਉਹਦੇ ਤੇ ਸ਼ੱਕ ਵੀ ਕੋਈ ਨਹੀਂ ਵੀ ਇਹ ਮੇਰੇ ਲਈ ਖਤਰਾ ਬਣੇਗਾ। ਨਿਸ਼ਚਿੰਤ ਹੈ ਇਹ ਮੇਰੇ ਹੁਕਮ 'ਚ ਹੈ, ਇਹ ਮੇਰੇ ਹੱਥ 'ਚ ਹੈ,
ਇਹ ਮੇਰਾ ਵਿਰੋਧੀ ਨਹੀਂ ਹੈ। ਉੱਠ ਸ਼੍ਰੀ ਰਾਮ ਰਾਏ ਗਏ ਡੇਰੇ, ਇਸ ਤਰ੍ਹਾਂ ਬਾਬਾ ਰਾਮ ਰਾਏ ਆਪਣੇ ਡੇਰੇ ਚਲਾ ਗਿਆ। ਅਜ਼ਮਤ ਦੇਤ ਨਾ ਲਾਵਤ ਦੇਰੇ, ਅਜ਼ਮਤ ਦੇਤ ਕਰਾਮਾਤ ਵਿਖਾਉਣ ਲੱਗਿਆ ਭੋਰਾ ਵੀ ਵਿਲੰਬ ਨਹੀਂ ਲਾਉਂਦਾ। ਜਿਵੇਂ ਔਰੰਗਜ਼ੇਬ ਕਵੇ ਬਾਬਾ ਰਾਮ ਰਾਏ, ਉਹ ਜਿਵੇਂ ਕਹਿੰਦੇ ਨੇ ਚੋਰ ਨਾਲੋਂ ਪੰਡ ਕਾਹਲੀ ਵਾਲੀ ਗੱਲ ਹੈ। ਔਰੰਗਜ਼ੇਬ ਤਾਂ ਕਹਿਣ ਲੱਗਾ ਕੁਝ ਸੰਗਦਾ ਹੋਵੇਗਾ, ਡਰਦਾ ਹੋਵੇਗਾ, ਦੇਰ ਲਾਉਂਦਾ ਹੋਵੇਗਾ, ਪਰ ਬਾਬਾ ਰਾਮ ਰਾਏ ਇੱਕ ਪਲ ਦੀ ਵੀ ਦੇਰ ਨਹੀਂ ਲਾਉਂਦਾ। ਤਿਉਂ ਤਿਉਂ ਸੋ ਜਸ ਹੋਏ ਅਧਕਾਈ, ਜਿਵੇਂ ਜਿਵੇਂ ਰਾਮ ਰਾਏ ਦੀ ਵਡਿਆਈ ਹੁੰਦੀ ਹੈ ਇਹਦਾ ਜਸ ਵੱਧਦਾ ਜਾਂਦਾ ਹੈ। ਜਹ ਤਹ ਨਾਰ ਮਿਲ ਕਰਤ ਵਡਾਈ, ਇਵੇਂ ਲੋਕ ਤਾਂ ਵਡਿਆਈ ਕਰਦੇ ਨੇ, ਔਰੰਗਜ਼ੇਬ ਵੀ ਪ੍ਰਭਾਵਿਤ ਹੋ ਰਿਹਾ ਹੈ। ਆਤ ਅਚਰਜ ਕੀ ਬਾਤ ਕਰੰਤਾ, ਪਰ ਅਚਰਜ ਦੀ ਗੱਲ ਹੈ, ਅਚਰਜ ਦੀ ਗੱਲ ਹੁੰਦੀ ਹੈ। ਜੋ ਨਾ ਹੋਏ ਤਿਹ ਰਚੈ ਤੁਰੰਤਾ, ਕਹਿੰਦੇ ਕੋਈ ਐਸਾ ਕੰਮ ਹੈ ਜਿਹੜਾ ਇਹ ਨਹੀਂ ਕਰ ਸਕਦਾ, ਜਿਹੜੀ ਗੱਲ ਇਹਨੂੰ ਕਹਿੰਦੇ ਆ ਉਹੀ ਕਰਕੇ ਵਿਖਾ ਦਿੰਦਾ। ਸ਼੍ਰੀ ਸਤਿਗੁਰ ਹਰਿ ਰਾਏ ਸੁਜਾਨਾ, ਸਤਿਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਨੇ ਇੱਧਰ ਜਾਣਿਆ, ਸੌਂਪਿਓ ਸੁਤ ਹੈ ਅਤੋਟ ਖਜ਼ਾਨਾ, ਪੁੱਤਰ ਨੂੰ ਬਹੁਤ ਅਤੁੱਟ ਖਜ਼ਾਨਾ ਰਿੱਧੀਆਂ ਸਿੱਧੀਆਂ ਕਰਾਮਾਤਾਂ ਦਾ ਬਖਸ਼ਿਸ਼ ਕੀਤਾ ਹੋਇਆ। ਜਿਵੇਂ ਖਾਲਸਾ ਜੀ ਪਿਓ ਨੇ ਕਮਾਈ ਕੀਤੀ ਹੋਵੇ ਅਤੇ ਚਾਰ ਪੈਸੇ ਬੈਂਕ ਦੇ ਖਾਤੇ ਦੇ ਵਿੱਚ ਜਮ੍ਹਾਂ ਕੀਤੇ ਹੋਣ, ਜੇ ਤਾਂ ਉਹ ਆਪਣੇ ਹੱਥੀਂ ਖਰਚਣਾ ਚਾਹਵੇ ਤਾਂ ਬੜੀ ਕੰਜੂਸੀ ਕਰੇਗਾ, ਪਰ ਜੇ ਪੁੱਤ ਨੂੰ ਏਟੀਐਮ ਕਾਰਡ ਦੇ ਦੇਵੇ ਵੀ ਲੈ ਜਦੋਂ ਲੋੜ ਪੈ ਵਰਤ ਲਈ, ਅਤੇ ਉਹਨੂੰ ਉਹਨੇ ਕਮਾਈ ਨਹੀਂ ਨਾ ਕੀਤੀ ਹੁੰਦੀ, ਉਹਨੂੰ ਇੰਨਾ ਹੀ ਪਤਾ ਹੁੰਦਾ ਵੀ ਖਾਤੇ 'ਚ ਬੜੇ ਨੇ, ਉਹ ਫਿਰ ਬਿਨਾਂ ਕੁਝ ਸੋਚੇ ਵਿਚਾਰੇ ਹੀ ਖਰਚ ਕਰ ਦਿੰਦਾ। ਐਸਾ ਹਾਲ ਹੈ, ਸਤਿਗੁਰੂ ਮਹਾਰਾਜ ਜੀ ਤਾਂ ਕਰਾਮਾਤ ਨੂੰ ਨਹੀਂ ਵਰਤਾਉਂਦੇ, ਪਰ ਰਾਮ ਰਾਏ ਕਸਰ ਕੋਈ ਨਹੀਂ ਛੱਡਦਾ। ਖਰਚਨ ਮਹਿ ਸੁਖ ਚਤਨ ਹੈ ਕੈਸੇ, ਰਾਮ ਰਾਏ ਕਦੇ ਵੀ ਕਰਾਮਾਤ ਦੀ ਵਰਤੋਂ ਕਰਨ ਲੱਗਾ, ਇਸ ਕਮਾਈ ਨੂੰ ਖਰਚਣ ਲੱਗਾ ਕੰਜੂਸੀ ਨਹੀਂ ਕਰਦਾ। ਭੂਪ ਉਧਾਰ ਦੇਤ ਧਨ ਜੈਸੇ, ਬਸ ਜਿਵੇਂ ਕੋਈ ਭੁੱਖਾ ਹੋਵੇ ਉਹਨੂੰ ਇਕਦਮ ਧਨ ਮਿਲ ਜੇ, ਇਸ ਤਰ੍ਹਾਂ ਦੀ ਹਾਲਤ ਹੋ ਗਈ। ਹੋਏ ਕਠਨ ਤੇ ਕਠਨ ਬਿਲੰਦ, ਉਹ ਕਹਿੰਦੇ ਨੇ ਇਸ ਤਰ੍ਹਾਂ ਨਾ ਹੋਏ ਕਠਨ ਤੇ ਕਠਨ ਬਿਲੰਦ, ਔਖੇ ਤੋਂ ਔਖੀ ਕਰਾਮਾਤ ਡਾਢੀ ਤੋਂ ਡਾਢੀ ਕਰਕੇ ਵਿਖਾਈ ਜਾਂਦਾ। ਤੁਰਤ ਦੇਤ ਕਰ ਸ਼੍ਰੀ ਗੁਰ ਆਨੰਦ, ਇੱਕ ਛਿਨ ਵੀ ਨਹੀਂ ਲਾਉਂਦਾ ਉਹ ਸਾਧ ਸੰਗਤ ਜੀ। ਤੁਰਤ ਦੇਤ ਕਰ ਸ਼੍ਰੀ ਗੁਰ ਆਨੰਦ, ਸਤਿਗੁਰੂ ਜੀ ਦਾ ਪੁੱਤਰ ਹੈ ਤੇ ਗੁਰੂ ਕੇ ਪੁੱਤਰ ਨੇ ਭੋਰਾ ਜਿੰਨਾ ਵੀ ਵਿਲੰਬ ਨਹੀਂ ਕੀਤਾ ਕਦੇ ਕਰਾਮਾਤ ਵਿਖਾਉਣ ਵਿੱਚ। ਦਵੈਸ਼ੀ ਮੁੱਲਾਂ ਗਨ ਉਲਮਾਓ, ਉੱਧਰ ਜਿਹੜੇ ਦਵੈਸ਼ ਰੱਖਣ ਵਾਲੇ ਮੁੱਲੇ ਨੇ ਉਹ ਜਿਹੜੇ ਆਲਿਮ ਫਾਜ਼ਲ ਨੇ ਉਹ ਸਾਰੇ ਉਲਮਾ ਇਹਦੇ ਤੇ ਔਖੇ ਹੋ ਗਏ। ਕਾਜ਼ੀ ਦੁੱਖ ਹੈ ਬਿਲੋਕ ਪ੍ਰਭਾਓ, ਕਾਜ਼ੀ ਬੜਾ ਦੁਖੀ ਹੈ ਰਾਮ ਰਾਏ ਦਾ ਪ੍ਰਭਾਵ ਵੱਧਦਾ ਵੇਖ ਕੇ। ਮਿਲ ਮਸਲਤ ਕੀਨਸ ਦੁੱਖ ਪਾਏ, ਆਪੋ ਵਿੱਚ ਮਿਲ ਕੇ ਸਲਾਹ ਕਰਦੇ ਨੇ ਤੇ ਬਹੁਤਾ ਹੀ ਦੁੱਖ ਪਾਉਂਦੇ ਨੇ। ਇਸ ਨੇ ਤਾਂ ਸਭ ਤੁਰਕ ਹਰਾਏ, ਇਹਨੇ ਤੇ ਸਾਨੂੰ ਸਾਰਿਆਂ ਨੂੰ ਦੁਖੀ ਕਰ ਮਾਰਿਆ ਹੈ। ਪਾਤਸ਼ਾਹੋ ਕੋ ਰੁੱਖ ਤੇ ਸੰਗ, ਕਹਿੰਦੇ ਜਿਹੜਾ ਪਾਤਸ਼ਾਹ ਹੈ ਇਹ ਤਾਂ ਹੁਣ ਇਹਦੇ ਵੱਲ ਦਾ ਹੀ ਹੋ ਗਿਆ, ਇਹਦੀ ਗੱਲ ਹੀ ਸੁਣਦਾ ਹੈ। ਪਠ ਹੈ ਦਰਬ ਕੋ ਲਹਿ ਉਤੰਗ, ਬਹੁਤ ਧਨ ਬੜੇ ਇਨਾਮ ਬਾਦਸ਼ਾਹ ਨੇ ਇਹਨੂੰ ਦਿੱਤੇ ਹਨ। ਅਪਰ ਵਸਤ ਨਿਤ ਅਧਕ ਪਠਾਵੇ, ਹੋਰ ਵੀ ਵਸਤੂਆਂ ਪਤਾ ਨਹੀਂ ਕਿੰਨੀਆਂ ਕੁ ਨੇ ਜਿਹੜੀਆਂ ਬਾਦਸ਼ਾਹ ਨੇਤੀ ਇਹਦੇ ਕੋਲ ਘੱਲ ਦਿੰਦਾ। ਬੁੱਲ ਹੈ ਹਿਤ ਕਰ ਰੋਜ਼ ਬੁਲਾਵੇ, ਇਸ ਤਰ੍ਹਾਂ ਆਪਣੇ ਕੋਲ ਬੁਲਾਉਂਦਾ ਹੈ, ਗੱਲਾਂ ਬਾਤਾਂ ਕਰਦਾ ਹੈ। ਬਾਦ ਕਰਹੋ ਤੇ ਸਾਥ ਬਿਸਾਲਾ, ਇਹਦੇ ਨਾਲ ਸਲਾਹਾਂ ਕਰਦਾ, ਇਹਦੇ ਨਾਲ ਹੀ ਬਹੁਤ ਬਹੁਤ ਲੰਮਾ ਲੰਮਾ ਸਮਾਂ ਗੱਲਾਂ ਬਾਤਾਂ ਕਰਦਾ ਰਹਿੰਦਾ। ਦੇਹੋ ਪਰਾਜੈ ਮਿਲ ਇੱਕ ਕਾਲਾ, ਕਹਿੰਦੇ ਨੇ ਆਪਾਂ ਸਾਰੇ ਮਿਲ ਕੇ ਨਾ ਇਕੱਠੇ ਹੋ ਗਏ ਤੇ ਰਾਮ ਰਾਏ ਨੂੰ ਹਰਾ ਦਈਏ, ਇਹਦੀ ਬੇਇੱਜ਼ਤੀ ਕਰੀਏ, ਇਹਨੂੰ ਬਾਦਸ਼ਾਹ ਔਰੰਗਜ਼ੇਬ ਦੇ ਦਿਲ ਵਿੱਚੋਂ ਕੱਢ ਦਈਏ। ਸਭਾ ਵਿਖੇ ਤੂਸ਼ਣ ਕਰਵਾਵੇ, ਇਹ ਗੱਲ ਆਪੋ ਵਿੱਚ ਦੀ ਉਹਨਾਂ ਨੇ ਇਕੱਠੇ ਹੋ ਕੇ ਸਲਾਹ ਕੀਤੀ ਹੈ, ਇਹੋ ਜਿਹੀ ਵਾਰਤਾ ਕਰੀਏ, ਲੱਗੀ ਹੋਈ ਸਭਾ ਵਿੱਚ ਰਾਮ ਰਾਏ ਦਾ ਮੂੰਹ ਬੰਦ ਕਰ ਦਈਏ। ਤਬ ਜਾਣੈ ਜਬ ਇਲਮ ਦਿਖਾਵੇ, ਐਸਾ ਕੋਈ ਇਲਮ ਵਿਖਾਈਏ, ਐਸੀ ਕੋਈ
ਦਾਨਿਸ਼ਮੰਦੀ ਵਿਖਾਈਏ ਸਭ ਜਗ ਕੋ ਹਮ ਜੀਤਣ ਵਾਰੇ ਅਸੀਂ ਤਾਂ ਸਾਰੇ ਜਗਤ ਦੇ ਜਿੱਤਣ ਵਾਲੇ ਹਾਂ ਅਰਹਿ ਬਾਦ ਕਰ ਸੋ ਤਬ ਹਾਰੇ ਇਹਦੇ ਨਾਲ ਵਾਰਤਾ ਕਰਕੇ ਹਾਰ ਗਏ ਹਾਂ ਇਹਦੇ ਕੋਲੋਂ ਅਸੀਂ ਕਿਵੇਂ ਝੁਕ ਜਾਈਏ ਦਾਨਿਸ਼ਵੰਦ ਅਹੈ ਹਮ ਇਤੇ ਅਸੀਂ ਬੜੇ ਦਾਨਿਸ਼ਮੰਦ ਹਾਂ ਬੜੇ ਸਿਆਣੇ ਹਾਂ ਸਕਲ ਜਗਤ ਮੈਂ ਹੋਏ ਨਾ ਤੇਤੇ ਸਾਡੇ ਸਮਾਨ ਸਾਡੇ ਬਰਾਬਰ ਕੌਣ ਹੈ ਕਿ ਜਿਹਨੇ ਇਹਨਾਂ ਇਹਨਾਂ ਜਿਹੜਾ ਗਿਆਨ ਪੜਿਆ ਹੋਇਆ ਹੋਵੇ ਇਹਨਾਂ ਚਲਾਕ ਹੋਵੇ ਹਮ ਹੋਵਤ ਹਿੰਦੂ ਅਰ ਰਹਿ ਅਸੀਂ ਇਸ ਕਾਫਰ ਦੇ ਕੋਲੋਂ ਜਿਹੜੀ ਬੋਲੀ ਉਹ ਬੋਲਦੇ ਸਨ ਇਸ ਕਾਫਰ ਦੇ ਕੋਲੋਂ ਅਸੀਂ ਕਿਵੇਂ ਝੁਕ ਜਾਈਏ ਇਲਮ ਪਠੇ ਕਹੋ ਬਹੁਤ ਇੱਕ ਅਹੈ ਇਸ ਪ੍ਰਕਾਰ ਦੇ ਨਾਲ ਕੋ ਬਹੁਤ ਬਹੁਤ ਵੱਡੇ ਵਿਦਵਾਨ ਰਲ ਕੇ ਸਲਾਹ ਕਰਦੇ ਨੇ ਕਿ ਹੁਣ ਰਾਮ ਰਾਏ ਨੂੰ ਗਿਆਨ ਦੀ ਚਰਚਾ ਦੇ ਵਿੱਚ ਹਰਾ ਦੇਣਾ ਇਮ ਪਛਤਾਵਤ ਹੈ ਮਿਲ ਕਰਕੇ ਆਪੋ ਵਿੱਚ ਮਿਲ ਕੇ ਗੱਲਾਂ ਕਰਦੇ ਪਛਤਾਵਾ ਕਰਦੇ ਮੂਰਖ ਚਾਹੇ ਜੀਤਬੋ ਅਰਕੇ ਇਹ ਮੂਰਖ ਜਿੱਤਣਾ ਚਾਹੁੰਦੇ ਨੇ ਰਾਮ ਰਾਏ ਦੇ ਨਾਲ ਅੜ ਕੇ ਮਿਲ ਹੈ ਵਿਚਾਰ ਹੈ ਤਰਕ ਅਨੇਕ ਆਪੋ ਵਿੱਚ ਦੀ ਮਿਲ ਕੇ ਵਿਚਾਰਦੇ ਨੇ ਬੜੀਆਂ ਬੜੀਆਂ ਤਰਕਾਂ ਕਿਆ ਬੱਪਰੇ ਔਰਹੀਨ ਬਵੇਕ ਕੀ ਇਹ ਜਿਹੜੇ ਬੱਪੜੇ ਔਰਹੀਨ ਵਿਵੇਕ ਜਿਨ੍ਹਾਂ ਦੇ ਅੰਦਰ ਗਿਆਨ ਵਿਵੇਕ ਹੈ ਹੀ ਕੋਈ ਨਹੀਂ ਸੁਣਹਿ ਗੁਰੂ ਨਾਨਕ ਕੀ ਬਾਣੀ ਉਹ ਕਹਿੰਦੇ ਨੇ ਗੁਰੂ ਨਾਨਕ ਦੀ ਬਾਣੀ ਦੇ ਵਿੱਚੋਂ ਕੁਝ ਐਸਾ ਬਚਨ ਕਿ ਜੋ ਬਾਣੀ ਅਸੀਂ ਸੁਣੀ ਹੈ ਉਹਦੇ ਵਿੱਚ ਕੁਝ ਬਚਨ ਐਸੇ ਨੇ ਤਿਸ ਹੈ ਵਿਚਾਰ ਹੈ ਤਰਕ ਮਹਾਨੀ ਉਹਦੀ ਵਿਚਾਰ ਕਰਕੇ ਉਹਦੇ ਵਿੱਚ ਰਾਮ ਰਾਏ ਨੂੰ ਫਸਾ ਲਵਾਂਗੇ ਅਮਰੇ ਮਤ ਵਿਰੋਧ ਇੱਕ ਥਾਨੇ ਗੁਰਬਾਣੀ ਨੇ ਕੁਰਾਨੋ ਹਦੀਸ ਦਾ ਵਿਰੋਧ ਕੀਤਾ ਹੈ ਗੁਰਬਾਣੀ ਦੇ ਵਿੱਚ ਇਸਲਾਮ ਦੇ ਖਿਲਾਫ ਗੱਲਾਂ ਲਿਖੀਆਂ ਹੋਈਆਂ ਨੇ ਲੱਖ ਪਤਾਲ ਆਕਾਸ਼ ਬਖਾਨੇ ਕਿਹੜੀਆਂ ਗੱਲਾਂ ਉਹ ਕਹਿੰਦੇ ਨੇ ਕਿ ਕੁਰਾਨ ਨੇ ਤਾਂ ਸੱਤ ਆਕਾਸ਼ਾਂ ਦੀ ਗੱਲ ਕੀਤੀ ਹੈ ਅਤੇ ਗੁਰਬਾਣੀ ਕਹਿੰਦੀ ਹੈ ਕਿ ਲੱਖਾਂ ਲੱਖਾਂ ਪਤਾਲ ਅਤੇ ਆਕਾਸ਼ ਨੇ ਕਿ ਇਹਨਾਂ ਦੀ ਗਿਣਤੀ ਕੋਈ ਨਹੀਂ ਇਸ ਮਹਿ ਸ਼ਾਹੋ ਭੇ ਹੱਠ ਕਰ ਰਹੇ ਉਹ ਬਾਦਸ਼ਾਹ ਇਸ ਗੱਲ 'ਤੇ ਸਾਡੇ ਨਾਲ ਇਤਫਾਕ ਰੱਖੇਗਾ ਬਾਦਸ਼ਾਹ ਕੱਟੜ ਮੁਸਲਮਾਨ ਹੈ ਸੁੰਨੀ ਅਤੇ ਉਹ ਵੀ ਸਾਡੇ ਨਾਲ ਹੀ ਇਤਫਾਕ ਰੱਖੇਗਾ ਕਹੇਗਾ ਕਿ ਅਸਮਾਨ ਤਾਂ ਸੱਤ ਨੇ ਸੱਤ ਅਸਮਾਨ ਕੁਰਾਨ ਵਿੱਚ ਕਹੇ ਨੇ ਅਤੇ ਜੇ ਗੁਰਬਾਣੀ ਉਹਦਾ ਵਿਰੋਧ ਕਰਦੀ ਹੈ ਤਾਂ ਬਾਦਸ਼ਾਹ ਆਪੇ ਹੀ ਸਾਡੇ ਨਾਲ ਹੋ ਕੇ ਰਾਮ ਰਾਏ ਦਾ ਵਿਰੋਧੀ ਬਣ ਜਾਵੇਗਾ ਆਪਣ ਪੱਖ ਹਾਨੀ ਨਹਿ ਸਹਿ ਉਹ ਕਹਿੰਦੇ ਕਿ ਅਸੀਂ ਕੁਰਾਨ ਦੇ ਵਿਰੁੱਧ ਕੁਝ ਨਹੀਂ ਸਹਿ ਸਕਦੇ ਯਾ ਤੇ ਅਬ ਕਹਿ ਜਬ ਚੱਲ ਆਵੇ ਇਸ ਲਈ ਜਦੋਂ ਰਾਮ ਰਾਏ ਚੱਲ ਕੇ ਆਵੇਗਾ ਹੁਣ ਬਾਦਸ਼ਾਹ ਦੇ ਦਰਬਾਰ ਵਿੱਚ ਬੈਠੇ ਸ਼ਾਹੋ ਨਿਕਟ ਹਰ ਖਾਵੇ ਬਾਦਸ਼ਾਹ ਦੇ ਕੋਲ ਹੋ ਕੇ ਨੇੜੇ ਹੋ ਕੇ ਜਦੋਂ ਬੈਠਾਂਗੇ ਉਤੇ ਫਿਰ ਜਦੋਂ ਮਾਹੌਲ ਖੁਸ਼ਗਵਾਰ ਹੋਵੇਗਾ ਇਸ ਪਰ ਕਰੋ ਦਲੀਲ ਬਿਲੰਦ ਉਤੇ ਦਲੀਲ ਦੇ ਨਾਲ ਗੱਲਾਂ ਕਰਾਂਗੇ ਇਹ ਸਾਰੀਆਂ ਸਭ ਸੁਚੇਤ ਹੋਵੇ ਏਕ ਮਨਿੰਦ ਸਾਰੇ ਸਾਵਧਾਨ ਹੋ ਕੇ ਇੱਕੋ ਗੱਲ ਦੇ ਉੱਤੇ ਸਾਰਿਆਂ ਨੇ ਪਹਿਰਾ ਦੇਣਾ ਜਿਸ ਮਤ ਮੰਡ ਹੈ ਸੋ ਸਭ ਖੰਡੋ ਜਿਹੜੇ ਮਤ ਦਾ ਮੰਡਣ ਕਰੇਗਾ ਰਾਮ ਰਾਏ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਉਸੇ ਨੁਕਤੇ ਦਾ ਖੰਡਨ ਕਰਨਾ ਹੈ ਉਹਦਾ ਵਿਰੋਧ ਕਰਨਾ ਹੈ ਜੋ ਖੰਡ ਹੈ ਤੇ ਨੀਕੇ ਮੰਡ ਹੋ ਜਿਹੜੀ ਗੱਲ ਨੂੰ ਕੱਟੇਗਾ ਉਸ ਗੱਲ ਨੂੰ ਆਪਾਂ ਜਿਹੜਾ ਪ੍ਰਮਾਣਿਤ ਕਰਾਂਗੇ ਜਿਹੜੀ ਗੱਲ ਨੂੰ ਉਹ ਕੱਟੇਗਾ ਉਹਦੇ ਹੱਕ ਵਿੱਚ ਤੇ ਜਿਹੜੀ ਗੱਲ ਦੇ ਉਹ ਹੱਕ ਵਿੱਚ ਬੋਲੇਗਾ ਉਹਦੇ ਵਿਰੋਧ ਵਿੱਚ ਬੋਲਾਂਗੇ ਇਮ ਮਸਲਤ ਮੂਡਣ ਮਿਲ ਕਰੀ ਇਸ ਤਰ੍ਹਾਂ ਰਲ ਮਿਲ ਕੇ ਸਾਰੇ ਮੂਰਖਾਂ ਨੇ ਇਕੱਠੇ ਹੋ ਕੇ ਸਲਾਹ ਕਰ ਲਈ ਪਰ ਹਿਤ ਤੇ ਜਿਨ ਮਤ ਜਰ ਬਦੀ ਜਿਨ੍ਹਾਂ ਦੇ ਮਨ ਦੇ ਵਿੱਚ ਈਰਖਾ ਹੈ ਤੇ ਦੂਜੇ ਨੂੰ ਜੋ ਕਦੇ ਵੀ ਪ੍ਰਵਾਨ ਨਹੀਂ ਕਰਦੇ ਸਭਾ ਜਾਮਨੀ ਮਹਿ ਕਬ ਹੋਏ ਸਭਾ ਜਾਮਨੀ ਕਹਿਣ ਲੱਗੇ ਕਿ ਜਿਸ ਵੇਲੇ ਹੁਣ ਸਭਾ ਲੱਗੇਗੀ ਕਬ ਦਿਨ ਵਿਖੇ ਬੁਲਾਵ ਹੈ ਸੋਹੇ ਬਾਦਸ਼ਾਹ ਨੂੰ ਕਹਿ ਕੇ ਰਾਮ ਰਾਏ ਨੂੰ ਬੁਲਾਵਾਂਗੇ ਅਵਲ ਤਾਂ ਬਾਦਸ਼ਾਹ ਆਪ ਹੀ ਬੁਲਾਏਗਾ ਜੇ ਬਾਦਸ਼ਾਹ ਨਾ ਵੀ ਬੁਲਾਵੇ
ਤੇ ਆਪਾਂ ਬੁਲਾਵਾਂਗੇ। ਇੱਕ ਵਾਰ ਨਿਸ ਜਬ ਹੋਏ ਆਈ, ਇੱਕ ਵਾਰ ਰਾਤ ਜਦੋਂ ਪੈ ਗਈ, ਸ਼ਾਹੋ ਬੈਠ ਤਬ ਸਭਾ ਲਗਾਈ। ਬਾਦਸ਼ਾਹ ਨੇ ਰਾਤ ਦੇ ਵਕਤ ਸਭਾ ਲਗਾਉਣ ਦਾ ਹੁਕਮ ਦਿੱਤਾ। ਕਾਜ਼ੀ ਮੁੱਲਾ ਗਨ ਚੱਲ ਆਏ। ਇਹ ਵਿਸ਼ੇਸ਼ ਸਭਾ ਹੈ ਜਿਹਦੇ ਵਿੱਚ ਧਾਰਮਿਕ ਗੱਲਾਂ ਹੀ ਹੁੰਦੀਆਂ ਨੇ ਕੇਵਲ। ਇਸ ਸਭਾ ਵਿੱਚ ਸਾਰੇ ਕਾਜ਼ੀ ਮੁੱਲਾ ਆ ਗਏ। ਬੰਦ ਹੈ ਸ਼ਾਹ ਮਿਲਤ ਹਰ ਖਾਏ, ਆ ਕੇ ਬਾਦਸ਼ਾਹ ਨੂੰ ਮਿਲੇ ਨੇ, ਸਲਾਮਾਂ ਕੀਤੀਆਂ ਨੇ ਚੁੱਕ ਚੁੱਕ ਕੇ ਤੇ ਗੱਲਬਾਤ ਆਰੰਭ ਕੀਤੀ। ਇਸ ਛੇਨ ਪੱਠੇ ਉਹ ਕਾਰਨ ਸ਼ਾਹੂ, ਬਾਦਸ਼ਾਹ ਦੇ ਤਾਈਂ ਰਾਮ ਰਾਏ ਦਾ ਚਰਚਾ ਛੇੜ ਲਿਆ ਤੇ ਬਾਦਸ਼ਾਹ ਨੇ ਉਸੇ ਵੇਲੇ ਰਾਮ ਰਾਏ ਨੂੰ ਬੁਲਾਵਾ ਭੇਜਿਆ। ਲਿਆ ਬਹੋ ਗੁਰ ਸੁੱਤ ਕੋ ਮਮ ਪਾਹੋ, ਜਾਓ ਜਾ ਕੇ ਗੁਰੂ ਕੇ ਪੁੱਤਰ ਰਾਮ ਰਾਏ ਨੂੰ ਛੇਤੀ ਬੁਲਾ ਕੇ ਲਿਆਓ। ਜਾਏ ਨਮੋ ਤਿਸ ਨਰ ਨੇ ਕਰੀ, ਕੋਈ ਮਨੁੱਖ ਉਸੇ ਵੇਲੇ ਸਤ ਬਚਨ ਕਹਿ ਕੇ ਚਲਾ ਗਿਆ। ਹੱਥ ਜੋੜ ਪੁਨ ਬਿਨੈ ਉਚਰੀ, ਆਣ ਕੇ ਬਾਬਾ ਰਾਮ ਰਾਏ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ, ਸ਼ਾਹੋ ਆਪ ਕੋ ਸਿਮਰਨ ਕਰਿਓ। ਬਾਬਾ ਜੀ, ਬਾਦਸ਼ਾਹ ਨੇ ਤੁਹਾਨੂੰ ਯਾਦ ਕੀਤਾ ਹੈ। ਵੱਡ ਦੀਵਾਨ ਉਮਰਾਵਨ ਭਰਿਓ, ਬਹੁਤ ਵੱਡਾ ਦੀਵਾਨ ਧਰਮ ਚਰਚਾ ਦਾ ਜੁੜਿਆ ਹੈ, ਜਿਸ ਵਿੱਚ ਬੜੇ ਬੜੇ ਆਲਮ ਫਾਜ਼ਲ ਮੌਲਾਨਾ ਉਲਮਾ ਜੁੜੇ ਹੋਏ ਨੇ। ਸੁਣ ਸ਼੍ਰੀ ਰਾਮ ਰਾਏ ਕਰ ਤਿਆਰੀ, ਸੁਣ ਕੇ ਬਾਬਾ ਰਾਮ ਰਾਏ ਜੀ ਨੇ ਤਿਆਰੀ ਕੀਤੀ। ਛੱਡਿਓ ਸ਼ੀਗਰ ਸ਼ਿਵ ਕਾ ਅਸਵਾਰੀ, ਉਸੇ ਵੇਲੇ ਪਾਲਕੀ ਵਿੱਚ ਹੋ ਕੇ ਸਵਾਰ। ਚਮਰ ਚਾਹਰ ਢੋਰਤ ਸੰਗ ਆਵੇ, ਚਮਰ ਢੁੱਲਦਾ ਤੇ ਬਾਬਾ ਰਾਮ ਰਾਏ ਬੜੀ ਸ਼ਾਨ ਸ਼ੌਕਤ ਦੇ ਨਾਲ ਔਰੰਗਜ਼ੇਬ ਦੀ ਕਚਹਿਰੀ ਵਿੱਚ ਪਹੁੰਚ ਗਿਆ। ਮਿਲ ਹੈ ਪੰਥ ਕੋ ਸੀਸ ਨਿਵਾਵੇ, ਜਿਹੜਾ ਵੀ ਰਸਤੇ ਵਿੱਚ ਮਿਲਿਆ ਸਭ ਨੇ ਸਿਰ ਨਿਵਾਇਆ। ਚੋਬਦਾਰ ਅਰ ਸੰਗ ਟਲੈ ਤਾ, ਅੱਗੇ ਚੋਬਦਾਰ ਤੇ ਬਾਕੀ ਜਿੰਨੇ ਵੀ ਲੋਕ ਸਨ, ਗਨ ਤੁਰਕਣ ਕੋ ਕਰਤਾ ਜੈ ਤਾ, ਸਾਰੇ ਬਾਬਾ ਰਾਮ ਰਾਏ ਦਾ ਆਦਰ ਕਰਦੇ ਸਨ, ਕੋਈ ਰਾਮ ਰਾਏ ਦਾ ਵਿਰੋਧੀ ਨਹੀਂ ਸੀ। ਆਏ ਦੁਰਗ ਕੇ ਵਿਖੇ ਪਰਵੇਸ਼ਾ, ਕਿਲੇ ਦੇ ਵਿੱਚ ਪ੍ਰਵੇਸ਼ ਕਰ ਲਿਆ ਬਾਬੇ ਰਾਮ ਰਾਏ ਨੇ। ਸਭਾ ਸ਼ਾਹੇ ਕੀ ਜਹਾਂ ਵਿਸ਼ੇਸ਼ਾ, ਜਿੱਤੇ ਬਾਦਸ਼ਾਹ ਔਰੰਗਜ਼ੇਬ ਦੀ ਵਿਸ਼ੇਸ਼ ਸਭਾ ਲੱਗੀ ਹੋਈ ਹੈ। ਸੁੰਦਰ ਚੌਂਕੀ ਰੱਖੀ ਡਸਾਏ, ਬਹੁਤ ਸੁੰਦਰ ਚੌਂਕੀ ਸਾਹਮਣੇ ਡਾਈ ਹੋਈ। ਉਜਲ ਸੁਜਨੀ ਤੇ ਸਭ ਸੰਗਤ ਜੀ ਚਾਰ ਚੁਫੇਰੇ, ਬਹੁਤ ਸੁੰਦਰ ਬਹੁਤ ਵਧੀਆ ਮਾਹੌਲ ਬਣਾਇਆ ਹੋਇਆ ਸੀ। ਮਸ਼ਾਲਾਂ ਜਗਾਈਆਂ ਨੇ, ਅਲਾਉ ਜਗ ਰਹੇ ਹਨ। ਜਾਏ ਸਭਾ ਚੌਂਕੀ ਪਰ ਬੈਸੇ, ਉਸ ਚੌਂਕੀ ਤੇ ਬਾਬਾ ਰਾਮ ਰਾਏ ਜੀ ਜਾ ਕੇ ਬਹਿ ਗਏ। ਤਾਰਾ ਗਨ ਮਹਿ ਹੋਏ ਸੱਸ ਜੈਸੇ, ਜਿਵੇਂ ਤਾਰਾ ਮੰਡਲ ਦੇ ਵਿਚਕਾਰ ਚੰਦਰਮਾ ਹੋਵੇ। ਦਵੈਖਕ ਦੇਖਤ ਹੈ ਅਕੁਲਾਏ, ਸਾਰੇ ਮੌਲਵੀ ਵਗੈਰਾ ਵੇਖਦੇ ਪਏ ਨੇ ਅੱਖਾਂ ਅੱਡ ਅੱਡ ਕੇ। ਸ਼ਾਹੋ ਕਰਤ ਸਨਮਾਨ ਬਿਠਾਏ, ਬਾਦਸ਼ਾਹ ਨੇ ਸਨਮਾਨ ਦੇ ਕੇ ਰਾਮ ਰਾਏ ਨੂੰ ਬਿਠਾ ਲਿਆ। ਦੋਹਰਾ ਟਿਕਟ ਟਿਕ ਬੈਠੇ ਜਬ ਸਭਾ ਮਹਿ, ਸ਼੍ਰੀ ਹਰਿ ਰਾਏ ਤਨੂਜ, ਜਦੋਂ ਬਾਬਾ ਰਾਮ ਰਾਏ ਸੱਤਵੇਂ ਪਾਤਸ਼ਾਹ ਦਾ ਵੱਡਾ ਪੁੱਤਰ ਟਿਕ ਕੇ ਸਭਾ ਦੇ ਵਿੱਚ ਬਹਿ ਗਿਆ। ਇਲਮ ਹੰਕਾਰੀ ਪਰਸਪਰ ਕਰਤੇ ਭਏ ਅਮੂਜ, ਜਿਹੜੇ ਮੁਸਲਮਾਨ ਉਲਮਾ ਸਨ ਬੜੇ ਹੰਕਾਰੀ ਸਨ, ਉਹ ਲੱਗੇ ਇੱਕ ਦੂਜੇ ਵੱਲ ਵੇਖਣ। ਪਹਿ ਕੰਬਰ ਅਰ ਔਲੀਏ ਗੌਸ ਕੁਤਬ ਗਨ ਪੀਰ, ਆਪਣੇ ਪੈਗੰਬਰਾਂ ਨੂੰ ਔਲੀਆ ਇਕਰਾਮ ਨੂੰ ਗੌਸ ਕੁਤਬ ਪੀਰਾਂ ਨੂੰ ਯਾਦ ਕਰਕੇ, ਪ੍ਰਥਮ ਪ੍ਰਸੰਗ ਪਰ ਬਿਰਤ ਕਰ ਦਾਨਸ਼ਵੰਦ ਸਤੀਰ, ਸਾਰੇ ਪ੍ਰਸੰਗ ਸੁਣਾਏ ਸਾਰੇ ਦਾਨਿਸ਼ਮੰਦਾਂ ਨੇ ਬੜਾ ਧੀਰਜ ਧਾਰ ਕੇ। ਚੌਪਈ ਬਚਨ ਰੁਚਰ ਰਚ ਕੈ ਚਾਤੁਰਤਾ, ਬਚਨ ਰੁਚਰ ਮਿੱਠੀਆਂ ਮਿੱਠੀਆਂ ਗੱਲਾਂ, ਇਹ ਹੁਣ ਗੱਲ ਸ਼ੁਰੂ ਕਰਨੀ ਹੈ, ਸਿੱਧੀ ਨਹੀਂ ਕਰਨੀ, ਥੋੜ੍ਹਾ ਜਿਹਾ ਮਿੱਠੀ ਮਿੱਠੀ ਬੋਲੀ ਬੋਲ ਕੇ ਗੱਲ ਸ਼ੁਰੂ ਕਰ ਲਈ। ਕਲਾ ਅਕਲ ਤੇ ਕਰ ਮਾਧੁਰਤਾ, ਤੇ ਕਰਦਿਆਂ ਕਰਦਿਆਂ ਮਿੱਠੀਆਂ ਮਿੱਠੀਆਂ ਗੱਲਾਂ
ਹੁਣ ਆਪਣੇ ਨਿਸ਼ਾਨੇ ਵੱਲ ਆਉਣ ਲੱਗੇ। ਸ਼ਾਹੇ ਸੁਣਾਏ ਪ੍ਰਸੰਨ ਕਰਤ ਹੈ, ਪਹਿਲਾਂ ਤਾਂ ਬਾਦਸ਼ਾਹ ਨੂੰ ਖੁਸ਼ ਕਰਨ ਵਾਲੀਆਂ ਗੱਲਾਂ ਕਰਕੇ, ਉਚਤਾ ਆਪਣੇ ਦੀਨ ਧਰਤ ਹੈ, ਇਸਲਾਮ ਦੀ ਵਡਿਆਈ ਕਰਕੇ। ਇਸਲਾਮ ਬੜਾ ਖੂਬਸੂਰਤ ਹੈ, ਇਸਲਾਮ ਦੇ ਵਿੱਚ ਇਹ ਹੈ, ਇਸਲਾਮ ਵਿੱਚ ਉਹ ਹੈ, ਏਦਾਂ ਦੀਆਂ ਗੱਲਾਂ ਕਰਕੇ। ਚਤੁਰਨ ਕੇਤਕ ਕਰੇ ਪ੍ਰਸੰਗ, ਬੜੀ ਚਲਾਕੀ ਦੇ ਨਾਲ ਇਹ ਪ੍ਰਸੰਗ ਛੇੜਿਆ। ਪੈਗੰਬਰ ਕਰ ਸਤੁਤ ਉਤੰਗ, ਪੈਗੰਬਰ ਦੀ ਬੜੀ ਉਸਤਤ ਬੜੀ ਵਡਿਆਈ ਕੀਤੀ। ਇੱਕ ਗੱਲ ਸਾਧ ਸੰਗਤ ਜੀ, ਇਹ ਤੇ ਸਾਡੀ ਸਾਰਿਆਂ ਦੀ ਜਾਣਨੀ ਜ਼ਰੂਰੀ ਹੈ, ਅੱਜ ਵੀ ਬਹੁਤ ਐਸੇ ਮੁਸਲਮਾਨ ਨੇ ਜਿਹੜੇ ਆਪਣੇ ਆਪ ਨੂੰ ਬੜੇ ਆਲਿਮ ਦੱਸਦੇ ਨੇ, ਵੱਡੇ ਵੱਡੇ ਮੌਲਵੀ ਬਣੇ ਫਿਰਦੇ ਵੀ, ਅਸੀਂ ਬੜੇ ਵੱਡੇ ਮੌਲਵੀ ਹਾਂ। ਸਾਧ ਸੰਗਤ ਜੀ, ਏਡਾ ਕੋਰਾ ਝੂਠ ਬੋਲਿਆ ਜਾ ਰਿਹਾ ਅਤੇ ਸਾਡੇ ਭੋਲੇ ਭਾ, ਕਿਉਂਕਿ ਸਾਡੀ ਕਮਜ਼ੋਰੀ ਇਹ ਹੈ, ਅਸੀਂ ਨਾ ਬਾਣੀ ਪੜ੍ਹਦੇ ਹਾਂ ਨਾ ਇਤਿਹਾਸ ਪੜ੍ਹਦੇ ਹਾਂ, ਮੋਬਾਇਲ ਨਾਲ ਟੱਕਰੇ ਰਹਿੰਦੇ ਹਾਂ, ਤਾਂ ਉਹ ਝੂਠ ਬੋਲ ਰਹੇ ਨੇ। ਅਖੇ ਗੁਰੂ ਨਾਨਕ ਦੇਵ ਜੀ ਨੇ ਹਜ਼ਰਤ ਮੁਹੰਮਦ ਸਾਹਿਬ ਦੀਆਂ, ਮੁਸਲਮਾਨਾਂ ਦੇ ਰਸੂਲ ਦੀਆਂ, ਪੈਗੰਬਰ ਦੀਆਂ ਵਡਿਆਈਆਂ ਕੀਤੀਆਂ ਨੇ। ਅਖੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਜਿਹੜੀ ਹੈ ਵਡਿਆਈ ਹੈ, ਉਹਨਾਂ ਦੀਆਂ ਨਾਤਾਂ ਨੇ, ਉਹਨਾਂ ਦੇ ਸੰਬੰਧ ਵਿੱਚ ਬੜੇ ਸ਼ਬਦ ਨੇ। ਹਜ਼ਰਤ ਮੁਹੰਮਦ ਦਾ ਇੱਕ ਵਾਰ ਵੀ ਜ਼ਿਕਰ ਨਹੀਂ ਮਿਲਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਨਾ ਚੰਗਾ ਨਾ ਮਾੜਾ, ਜ਼ਿਕਰ ਹੀ ਕੋਈ ਨਹੀਂ ਮਿਲਦਾ। ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚ ਜ਼ਿਕਰ ਆਇਆ ਹੈ, ਉੱਥੇ ਜ਼ਿਕਰ ਆਇਆ ਹੈ, ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਿਲਕੁਲ ਵੀ ਜ਼ਿਕਰ ਨਹੀਂ ਜੇ ਆਇਆ। ਇਸ ਲਈ ਗੁੰਮਰਾਹ ਨਹੀਂ ਹੋਣਾ ਕਦੇ ਵੀ, ਝੂਠ ਬੋਲੀ ਜਾਂਦੇ ਨੇ। ਅਸੀਂ ਕੁਰਾਨ ਬਾਰੇ ਕੁਝ ਬੋਲਣਾ ਹੋਵੇ ਤਾਂ ਜਾਣਕਾਰੀ ਲਏ ਬਗੈਰ ਨਹੀਂ ਬੋਲਣਾ, ਅਤੇ ਦੂਜਿਆਂ ਨੂੰ ਕੀ ਹੈ, ਜੇ ਉਹਨੇ ਗੁਰਬਾਣੀ ਬਾਰੇ ਬੋਲਣਾ ਤਾਂ ਜਾਣਕਾਰੀ ਲੈਣੀ ਪੈਣੀ ਹੈ, ਜੇ ਤੁਸੀਂ ਜਾਣਕਾਰੀ ਨਹੀਂ ਲੈਣੀ ਤਾਂ ਕਿਉਂ ਬੋਲਦੇ ਹੋ, ਨਾ ਬੋਲੋ। ਜੇ ਅਸੀਂ ਗੀਤਾ ਬਾਰੇ ਬੋਲਣਾ ਹੋਵੇ ਤਾਂ ਜੇ ਪ੍ਰੋਪਰ ਗਿਆਨ ਹੈ ਤਾਂ ਹੀ ਬੋਲੀਏ ਨਾ, ਜੇ ਗਿਆਨ ਹੋਵੇ ਹੀ ਨਾ ਤਾਂ ਕਿਉਂ ਬੋਲੀਏ। ਇਵੇਂ ਸਾਰਿਆਂ ਨੂੰ ਕਰਨਾ ਚਾਹੀਦਾ, ਸਾਵਧਾਨ ਹੋਈਏ। ਆਪਾਂ ਵੀ ਕਈ ਵਾਰ ਗੁੰਮਰਾਹ ਹੋ ਜਾਂਦੇ ਹਾਂ। ਉਹ ਕਹਿਣ ਲੱਗੇ ਕਿ ਜਿਹੜੇ ਸਾਡੇ ਮੁਹੰਮਦ ਸਾਹਿਬ ਨੇ ਨਾ, ਉਹ ਬੜੇ ਮਹਾਨ ਨੇ, ਬੜੇ ਉੱਚੇ ਨੇ, ਬੜੇ ਚੰਗੇ ਨੇ। ਤਾਂ ਠੀਕ ਹੈ, ਹੋਣਗੇ ਚੰਗੇ ਭਾਈ, ਠੀਕ ਹੈ, ਸਾਨੂੰ ਕੋਈ ਇਹਦੇ ਵਿੱਚ ਪਰੇਸ਼ਾਨੀ ਨਹੀਂ, ਹੋਣਗੇ ਚੰਗੇ। ਪਰ ਤੁਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਵੀ ਸਤਿਕਾਰ ਕਰੋ, ਅਸੀਂ ਮੁਹੰਮਦ ਸਾਹਿਬ ਦਾ ਕਰਾਂਗੇ, ਤੁਸੀਂ ਗੁਰੂ ਨਾਨਕ ਸਾਹਿਬ ਦਾ ਸਤਿਕਾਰ ਕਰੋ। ਤੁਹਾਡੇ ਮੁਹੰਮਦ ਸਾਹਿਬ ਤੁਹਾਡੇ ਪਿਤਾ ਨੇ, ਤੁਹਾਨੂੰ ਮੁਬਾਰਕ। ਸਾਡੇ ਸਤਿਗੁਰੂ ਪਿਤਾ ਜੀ ਨੂੰ ਤੁਸੀਂ ਵੀ ਮੁਬਾਰਕ ਕਹੋ। ਗਵਾਂਢੀਆਂ ਦੇ ਘਰ ਜਾਈਏ, ਉਹਨਾਂ ਦਾ ਬਾਪੂ ਸਤਿਕਾਰਯੋਗ ਹੈ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਗਵਾਂਢੀ ਮੁੜ ਕੇ ਕਹਿ ਦੇਣ ਕਿ ਤੁਹਾਡਾ ਬਾਪੂ ਨਹੀਂ ਹੈ ਚੰਗਾ, ਤੁਹਾਡੇ ਘਰ ਤੁਹਾਡਾ ਬਾਪੂ ਚੰਗਾ, ਸਾਡੇ ਘਰ ਸਾਡਾ ਬਾਪੂ ਚੰਗਾ ਹੈ। ਤੁਮੇ ਤੁਮਾਰਾ ਖੂਬ, ਹਮੇ ਹਮਾਰਾ ਖੂਬ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਕੋਈ ਮਾੜਾ ਨਹੀਂ, ਸਾਰੇ ਹੀ ਆਪੋ ਆਪਣੇ ਘਰ ਚੰਗੇ ਨੇ। ਅਤੇ ਜਦੋਂ ਕੋਈ ਦੂਜੇ 'ਤੇ ਜਾ ਕੇ ਦਬਾਅ ਪਾਵੇ ਨਾ, ਨਹੀਂ ਤੁਸੀਂ ਸਾਡੇ ਬਾਪੂ ਨੂੰ ਬਾਪੂ ਹੀ ਕਿਹਾ ਕਰੋ, ਤਾਏ ਨੂੰ ਤਾਇਆ ਕਵਾਂਗੇ, ਚਾਚੇ ਨੂੰ ਚਾਚਾ ਕਵਾਂਗੇ, ਗਵਾਂਢੀ ਨੂੰ ਵੀ ਕੋਈ ਅੰਕਲ ਜੀ ਕਹਿ ਲਾਂਗੇ, ਪਰ ਕੋਈ ਧੱਕੇ ਨਾਲ ਥੋਪੀ ਜਾਵੇ, ਨਹੀਂ ਜਿਹੜਾ ਸਾਡੇ ਵਾਲਾ ਹੈ ਨਾ ਇਹਨੂੰ ਤੁਸੀਂ ਵੀ ਪਿਓ ਕਹੋ। ਭਾਈ ਅਸੀਂ ਕਿਉਂ ਕਹੀਏ, ਅਸੀਂ ਆਪਣੇ ਪਿਓ ਨੂੰ ਪਿਓ ਕਵਾਂਗੇ, ਆਂਢੀ ਗਵਾਂਢੀ ਦਾ ਵੀ ਸਤਿਕਾਰ ਕਰਾਂਗੇ। ਇਹਦੇ ਤੋਂ ਝਗੜਾ ਪੈਦਾ ਹੋ ਜਾਂਦਾ ਹੈ, ਅਤੇ ਇਸ ਲਈ ਸਾਰਿਆਂ ਨੂੰ ਹੀ ਇਹ ਅਦਬ ਕਰਨਾ ਚਾਹੀਦਾ, ਝਗੜਾ ਨਹੀਂ ਕਰਨਾ ਚਾਹੀਦਾ। ਉਹ ਮੌਲਵੀ ਕਹਿਣ ਲੱਗੇ, ਸਾਡੇ ਮੁਹੰਮਦ ਸਾਹਿਬ ਬੜੇ ਵੱਡੇ ਨੇ, ਬੜੇ ਜ਼ਿਆਦੇ ਉਹ ਮਹਾਨ ਨੇ, ਅਤੇ ਗੁਰਬਾਣੀ ਵਿੱਚ ਵੀ ਬਚਨ ਆਇਆ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਇਹਦਾ ਅਰਥ ਕੀ ਹੈ? ਕੋਈ ਸੱਜਣ ਭੁੱਲ ਭੁਲੇਖੇ ਮੇਰੇ ਵਰਗਾ, ਉਹ ਕਹਿ ਮੁਹੰਮਦ ਸਾਹਿਬ ਨਾਲ ਕੰਪੇਅਰ ਕਰ ਦਈਏ, ਗੁਰੂ ਨਾਨਕ ਮੁਹੰਮਦ ਨਾਲੋਂ ਵੱਡੇ ਨੇ।
ਗੁਰੂ ਨਾਨਕ ਰਾਮ ਨਾਲੋਂ ਵੱਡੇ ਨੇ, ਗੁਰੂ ਨਾਨਕ ਯਿਸੂ ਨਾਲੋਂ ਵੱਡੇ ਨੇ, ਗੁਰੂ ਨਾਨਕ ਮੂਸੇ ਨਾਲੋਂ ਵੱਡੇ ਨੇ। ਨਾ ਭਾਈ, ਇਸ ਚੱਕਰ 'ਚ ਨਹੀਂ ਪੈਣਾ, ਆਪਾਂ ਬਿਲਕੁਲ ਇਸ ਚੱਕਰ ਵਿੱਚ ਨਹੀਂ ਪੈਣਾ। ਕਿਸੇ ਵੀ ਮਹਾਂਪੁਰਖ ਨੂੰ ਦੂਜੇ ਨਾਲ ਕੰਪੇਅਰ ਕਰਨਾ ਹੀ ਨਹੀਂ ਚਾਹੀਦਾ। ਸ਼੍ਰੀ ਰਾਮ ਆਪਣੀ ਜਗ੍ਹਾ, ਸ਼੍ਰੀ ਕ੍ਰਿਸ਼ਨ ਆਪਣੀ ਜਗ੍ਹਾ, ਮੁਹੰਮਦ ਆਪਣੀ ਜਗ੍ਹਾ, ਈਸਾ ਆਪਣੀ ਜਗ੍ਹਾ, ਅਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣੀ ਜਗ੍ਹਾ। ਫਿਰ ਸਭ ਤੋਂ ਵੱਡੇ ਕਿਵੇਂ ਨੇ? ਵੱਡੇ ਇਸ ਤਰ੍ਹਾਂ ਹਨ ਕਿ ਮੁਹੰਮਦ ਜੀ ਦੀ ਗੋਦ ਵਿੱਚ ਬਹਿਣ ਲਈ ਮੁਸਲਮਾਨ ਬਣਨਾ ਹੀ ਪੈਣਾ ਹੈ। ਮੁਸਲਮਾਨ ਬਣੇ ਬਿਨਾਂ ਮੁਹੰਮਦ ਦੀ ਗੋਦ ਵਿੱਚ ਬੈਠਾ ਜਾ ਸਕਦਾ? ਕਦੀ ਵੀ ਨਹੀਂ। ਅਤੇ ਸੱਚ ਜਾਣਨਾ, ਸ਼੍ਰੀ ਰਾਮ ਦੀ ਗੋਦ ਵਿੱਚ ਬੈਠਣ ਵਾਸਤੇ ਵੀ ਕੋਈ ਸ਼ਰਤਾਂ ਨੇ। ਸ਼ੂਦਰ ਕਹਿ ਕੇ ਧੱਕਾ ਮਾਰ ਕੇ ਬਾਹਰ ਕੱਢ ਦਿੰਦੇ ਨੇ, ਮੰਦਰ ਵਿੱਚ ਨਹੀਂ ਵੜਨ ਦਿੰਦੇ, ਉੱਥੇ ਰੋਕ ਹੈ। ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਬਹਿਣਾ ਹੋਵੇ ਤਾਂ, ਗੁਰੂ ਨਾਨਕ ਦਾ ਘਰ ਇੰਨਾ ਵੱਡਾ ਹੈ, ਗੁਰੂ ਨਾਨਕ ਦੀ ਗੋਦ ਵਿੱਚ ਇੰਨੀ ਜਗ੍ਹਾ ਹੈ ਕਿ ਕੋਈ ਮੁਸਲਮਾਨ ਆਵੇ, ਕੋਈ ਹਿੰਦੂ ਆਵੇ, ਕੋਈ ਬੋਧੀ ਜੈਨੀ ਪਾਰਸੀ ਆਵੇ, ਕੋਈ ਕਾਲਾ ਗੋਰਾ ਕੋਈ ਆ ਜਾਏ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਘਰ ਸਾਰਿਆਂ ਲਈ ਸਾਂਝਾ ਹੈ, ਹਰ ਕਿਸੇ ਨੂੰ ਵੈਲਕਮ ਹੈ, ਹਰ ਕੋਈ ਗੁਰੂ ਨਾਨਕ ਦੀ ਗੋਦ ਵਿੱਚ ਸੱਜਦਾ ਹੈ। ਇਸ ਕਰਕੇ ਕਿਹਾ, ਸਭ ਤੋਂ ਵੱਡਾ ਸਤਿਗੁਰ ਨਾਨਕ, ਜਿਨ ਕੱਲ ਰਾਖੀ ਮੇਰੀ, ਇਹ ਤੇ ਸਾਰਿਆਂ ਲਈ ਇੱਕ ਬਰਾਬਰ ਜਗ੍ਹਾ ਹੈ। ਕੋਈ ਮਹਾਤਮਾ, ਸਾਰੇ ਆਪਣੀ ਜਗ੍ਹਾ ਚੰਗੇ ਨੇ, ਪਰ ਉੱਥੇ ਦੂਜੇ ਪਾਸਿਓਂ ਕੋਈ ਆ ਕੇ ਗੋਦ ਵਿੱਚ ਨਹੀਂ ਬਹਿ ਸਕਦਾ, ਇਹ ਕੇਵਲ ਇੱਥੇ ਹੈ। ਤੋ ਮੌਲਵੀ ਕਹਿਣ ਲੱਗੇ, ਮੁਹੰਮਦ ਸਾਹਿਬ ਸਾਡੇ ਬੜੇ ਵੱਡੇ ਬੜੇ ਮਹਾਨ ਹਨ। ਤੁਨ ਹੈ ਸਰਾਹਣ ਲਾਗਤ ਇਨ ਬਾਨੀ, ਉਹ ਕਹਿੰਦੇ ਨੇ ਕਿ ਉਹਨਾਂ ਦੀ ਬੜੀ ਵਡਿਆਈ ਹੈ, ਉਹਨਾਂ ਦੀ ਬਹੁਤ ਸੋਭਾ ਹੈ, ਅਤੇ ਬਹੁਤ ਲੋਕ ਜਿਹੜੇ ਨੇ ਨਾ ਉਹਨਾਂ ਨੂੰ ਸਲਾਹੁੰਦੇ ਨੇ। ਉਹ ਕਹਿੰਦੇ ਨੇ ਕਿ ਬਾਣੀ ਦੇ ਵਿੱਚ ਵੀ ਉਹਨਾਂ ਦੀ ਵਡਿਆਈ ਹੈ, ਗੁਰੂ ਨਾਨਕ ਸਾਹਿਬ ਨੇ ਵੀ ਉਹਨਾਂ ਨੂੰ ਵਡਿਆਇਆ ਹੋਇਆ। ਜਿਸ ਬਿਦ ਉੱਚਾ ਵਚਨ ਵਖਾਨੇ, ਇਸ ਪ੍ਰਕਾਰ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਮੁਹੰਮਦ ਸਾਹਿਬ ਬਾਰੇ ਗੱਲਾਂ ਕੀਤੀਆਂ ਨੇ। ਪੁਨ ਸ਼੍ਰੀ ਨਾਨਕ ਨਾਮ ਬਖਾਨਾ, ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦਾ ਨਾਮ ਛੇੜ ਲਿਆ ਮੁਹੰਮਦ ਦੇ ਜ਼ਿਕਰ ਵਿੱਚ। ਸ਼ੇਰ ਪ੍ਰਸੰਗ ਤਿੰਨ ਹੋ ਕੇ ਨਾਨਾ, ਇਸ ਤਰ੍ਹਾਂ ਇੱਕ ਮੌਲਵੀ ਨੇ ਉਹਨਾਂ ਨੇ ਸਲਾਹ ਬਣਾਈ ਸੀ ਨਾ, ਇੱਕ ਨੇ ਗੱਲ ਇਵੇਂ ਛੇੜ ਲਈ ਕਿ ਗੁਰੂ ਨਾਨਕ ਸਾਹਿਬ ਨੇ ਵੀ ਸੁਣਿਆ ਹੈ ਮੁਹੰਮਦ ਸਾਹਿਬ ਦੀ ਵਡਿਆਈ ਕੀਤੀ ਹੈ, ਅਤੇ ਉਹ ਪਹਿਲਾਂ ਹੀ ਪਤਾ ਸੀ। ਦੂਜੇ ਨੇ ਗੱਲ ਛੇੜੀ, ਨਹੀਂ ਜੀ ਨਹੀਂ, ਉਹ ਤਾਂ ਮੁਹੰਮਦ ਸਾਹਿਬ ਦੇ ਖਿਲਾਫ ਗੱਲ ਕੀਤੀ ਹੋਈ ਹੈ। ਬਹੁਰ ਸੁਬਾਣੀ ਕੇਰ ਬਿਰਤੰਤਾ, ਬਾਣੀ ਦਾ ਬਿਰਤਾਂਤ ਫਿਰ ਛੇੜ ਲਿਆ ਵੀ ਬਾਣੀ ਵਿੱਚ ਕੀ ਲਿਖਿਆ ਹੋਇਆ। ਜਿਸ ਮਹਿ ਪ੍ਰਭ ਕੋ ਕਹਿਓ ਬੇਅੰਤਾ, ਜਿਸ ਬਾਣੀ ਵਿੱਚ ਵਾਹਿਗੁਰੂ ਨੂੰ ਬੇਅੰਤ ਬੇਅੰਤ ਆਖਿਆ ਹੋਇਆ। ਲੱਖ ਪਤਾਲ ਲੱਖ ਆਕਾਸ਼, ਉਹ ਕਹਿੰਦੇ ਨੇ ਗੁਰੂ ਨਾਨਕ ਨੇ ਤਾਂ ਲੱਖਾਂ ਹੀ ਪਤਾਲ ਤੇ ਲੱਖਾਂ ਆਕਾਸ਼ ਦੱਸੇ ਹਨ। ਇੱਕ ਬਾਣੀ ਮਹਿ ਕਹਿਓ ਪ੍ਰਕਾਸ਼, ਇਸ ਤਰ੍ਹਾਂ ਬਾਣੀ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ। ਇਸ ਕੋ ਸੁਣ ਸੰਸੈ ਮੁਜ ਹੋਵਾ, ਇਹਨੂੰ ਸੁਣ ਕੇ ਸਾਰੇ ਮੁਸਲਮਾਨ ਉਹ ਕਹਿਣ ਲੱਗੇ, ਅਸਤਗਫਿਰੁੱਲਾ, ਇਹ ਕੀ ਲਿਖ ਦਿੱਤਾ ਬਾਣੀ ਵਿੱਚ, ਇਹ ਕੀ ਕਹਿ ਦਿੱਤਾ, ਇਹਦੇ ਤੇ ਸਾਨੂੰ ਇਤਰਾਜ਼ ਹੈ। ਰਹਿਓ ਵਿਚਾਰ ਨਾ ਕਿਉਂ ਹੂੰ ਖੋਵਾ, ਇਹ ਗੱਲ ਕੀ ਲਿਖ ਦਿੱਤੀ ਹੈ ਗੁਰੂ ਨਾਨਕ ਜੀ ਨੇ ਬਾਣੀ ਦੇ ਵਿੱਚ, ਇਹ ਤਾਂ ਵਾਕਿਆ ਸੋਚਣ ਵਾਲੀ ਗੱਲ ਹੈ। ਅਮਰੇ ਮਤਮ ਹੈ ਸਪਤ ਬਖਾਨੇ, ਉਹ ਕਹਿੰਦੇ ਕੁਰਾਨੇ ਮਜ਼ੀਦ ਦੇ ਵਿੱਚ ਤਾਂ ਸੱਤ ਜਿਹੜੇ ਆਕਾਸ਼ ਨੇ ਉਹ ਦੱਸੇ ਹੋਏ ਨੇ। ਸੋ ਵੀ ਨੀਕੋ ਜਾਏ ਨਾ ਜਾਣੇ, ਉਹ ਵੀ ਸਾਰਿਆਂ ਦੇ ਜਾਣੇ ਜਾਣ ਵਾਲੇ ਨਹੀਂ ਹਨ, ਉਹਨੂੰ ਵੀ ਸਾਰੇ ਨਹੀਂ ਜਾਣਦੇ। ਇੱਕ ਆਕਾਸ਼ ਤੇ ਪਰੈ ਆਕਾਸ਼, ਪਹਿਲਾਂ ਇੱਕ ਆਕਾਸ਼ ਹੈ, ਫਿਰ ਦੂਜਾ ਆਕਾਸ਼ ਹੈ, ਫਿਰ ਤੀਜਾ ਆਕਾਸ਼। ਇੱਦਾਂ ਦੀਆਂ ਵੀ ਗੱਲਾਂ ਨੇ ਕਿ ਕਿਸੇ ਨੇ ਪੁੱਛ ਲਿਆ, ਹਦੀਸ ਵਿੱਚ ਆਇਆ, ਕਿਸੇ ਨੇ ਪੁੱਛ ਲਿਆ ਆਹ ਜਿਹੜੇ ਤਾਰੇ ਟੁੱਟਦੇ ਨੇ ਇਹ ਕੀ ਨੇ। ਉਹ ਕਹਿੰਦੇ ਹਜ਼ਰਤ ਮੁਹੰਮਦ ਸਾਹਿਬ ਨੇ ਦੱਸਿਆ ਕਿ ਜਿਹੜਾ ਉੱਤੇ ਆਕਾਸ਼ ਹੈ ਪੰਜਵਾਂ ਕਿ ਸ਼ਾਇਦ ਛੇਵਾਂ, ਉਹ ਕਹਿੰਦੇ ਉਹਦੇ 'ਤੇ ਫਰਿਸ਼ਤੇ ਰਹਿੰਦੇ ਨੇ, ਅਤੇ ਜਦੋਂ ਫਰਿਸ਼ਤੇ ਆਪੋ ਵਿੱਚ ਦੀ ਗੱਲਾਂ ਕਰਦੇ ਨੇ, ਅਤੇ ਜਿਹੜੇ ਜਿੰਨ ਨੇ ਨਾ ਜਿੰਨ ਭੂਤ, ਇਹ ਆਖੇ ਕੰਨ ਲਾ ਕੇ ਅਤੇ ਉਹਨਾਂ ਦੀਆਂ ਗੱਲਾਂ ਸੁਣਦੇ ਨੇ, ਅਤੇ ਜਦੋਂ ਉਹਨਾਂ ਦੀਆਂ ਗੱਲਾਂ ਸੁਣਦੇ ਨੇ
ਉਹ ਫਿਰ ਇਹ ਜਿਹੜੇ ਟੁੱਟਦੇ ਤਾਰੇ ਨੇ ਨਾ, ਇਹ ਅਖੇ ਉਹਨਾਂ ਦੇ ਮਾਰਦੇ ਨੇ ਅਤੇ ਉਹਨਾਂ ਦੇ ਵੱਜਦਾ ਅਤੇ ਫਿਰ ਜਿੰਨ ਭੱਜ ਜਾਂਦੇ ਨੇ। ਇਹ ਹਦੀਸ ਵਿੱਚ ਲਿਖਿਆ ਹੋਇਆ। ਤੋ ਅੱਜ ਆਪਾਂ ਨੂੰ ਪਤਾ ਹੈ ਬਈ ਕਿਹੜੇ ਆਕਾਸ਼, ਕਿਹੜੇ ਜਿੰਨ, ਕਿਹੜੇ ਫਰਿਸ਼ਤੇ, ਕਿਹੜਾ ਕੰਨ ਲਾ ਕੇ ਕਿਹਦੀਆਂ ਗੱਲਾਂ ਸੁਣਦਾ ਹੈ ਅਤੇ ਕਿਹੜੇ ਉਹ ਤਾਰੇ ਨੇ ਜਿਹੜੇ ਟੁੱਟਦੇ ਨੇ। ਆਪਾਂ ਨੂੰ ਸਾਰੀ ਖੇਡ ਹੁਣ ਪਤਾ ਹੈ ਵੀ ਇਹ ਗੱਲਾਂ ਕੁਝ ਹੋਰ ਨੇ, ਉਹ ਗੱਲਾਂ ਕੁਝ ਹੋਰ ਨੇ। ਤੋ ਕਹਿਣ ਲੱਗੇ ਮੌਲਵੀ, ਇਹ ਤਾਂ ਇੱਕ ਆਕਾਸ਼ ਤੋਂ ਪਰੇ ਦੂਜਾ, ਫਿਰ ਤੀਜਾ, ਚੌਥਾ, ਪੰਜਵਾਂ, ਛੇਵਾਂ ਅਤੇ ਸੱਤਵਾਂ। ਪਹਿਲਾ ਆਕਾਸ਼ ਸਾਡੇ ਲਈ ਹੈ ਜਿਹੜਾ ਨਜ਼ਰ ਆਉਂਦਾ ਹੈ, ਇਹਦੇ 'ਤੇ ਤਾਰੇ ਲੱਗੇ ਹੋਏ ਨੇ। ਇਹਦੇ 'ਤੇ ਦੂਜਾ ਹੈ, ਫਿਰ ਤੀਜਾ ਹੈ, ਫਿਰ ਚੌਥਾ, ਪੰਜਵਾਂ, ਛੇਵਾਂ, ਸੱਤਵਾਂ। ਸੱਤਵੇਂ ਆਕਾਸ਼ 'ਤੇ ਫਰਿਸ਼ਤਿਆਂ ਨੇ ਪਾਲਕੀ ਚੁੱਕੀ ਹੋਈ ਹੈ ਮੋਢਿਆਂ 'ਤੇ ਅਤੇ ਉਹਦੇ ਵਿੱਚ ਬੈਠਾ ਹੋਇਆ ਅੱਲਾ। ਹੁਣ ਆਪਾਂ ਨੂੰ ਪਤਾ ਹੈ ਕਿ ਇਹ ਜਿਹੜੇ ਤਾਰੇ ਨੇ ਇਹ ਕਿਸੇ ਛੱਤ ਦੇ ਨਾਲ ਐਂ ਨਹੀਂ ਜੜੇ ਹੋਏ ਜਿਵੇਂ ਆਪਾਂ ਬਲਬ ਲਾਏ ਹੋਏ ਨੇ। ਇਹ ਤਾਂ ਸੂਰਜਾਂ ਦੀ ਤਰ੍ਹਾਂ ਦੂਰ ਦੂਰ ਤੱਕ, ਬਹੁਤ ਦੂਰ ਤੱਕ ਖਿਲਰੇ ਹੋਏ ਨੇ। ਇਸ ਤਰ੍ਹਾਂ ਸਾਧ ਸੰਗਤ ਜੀ, ਇਹ ਵਾਰਤਾ ਹੈ ਸਾਰੀ। ਉਹ ਮੌਲਵੀ ਜਿਹੜੇ ਸਨ ਉਹ ਕਹਿੰਦੇ ਇਹ ਆਕਾਸ਼ਾਂ ਅਤੇ ਪਤਾਲਾਂ ਦੀ ਗੱਲ ਹੈ ਸਾਡੇ ਮਜ਼ਹਬ ਵਿੱਚ, ਕੁਰਾਨੋ ਮਜੀਦ ਦੇ ਵਿੱਚ। ਤਹਿ ਕੋ ਸੂਰਜ ਚੰਦ ਪ੍ਰਕਾਸ਼। ਕਹਿੰਦੇ ਇਹ ਵੀ ਸੁਣਿਆ ਕਿ ਗੁਰੂ ਨਾਨਕ ਨੇ ਬਾਣੀ ਦੇ ਵਿੱਚ ਕਿਹਾ ਵੀ ਸੂਰਜ ਵੀ ਬੜੇ ਨੇ ਅਤੇ ਚੰਦਰਮਾ ਵੀ ਬੜੇ ਨੇ। ਕੇਤੇ ਇੰਦ, ਚੰਦ ਸੂਰ, ਕੇਤੇ ਕੇਤੇ ਮੰਡਲ ਦੇ। ਸੂਰਜ ਵੀ ਬੜੇ ਨੇ, ਚੰਦਰਮਾ ਵੀ ਬੜੇ ਨੇ। ਅੱਜ ਸਭ ਨੂੰ ਪਤਾ ਨਾ, ਬੜੇ ਸੂਰਜ ਨੇ, ਬੜੇ ਚੰਦਰਮਾ ਨੇ, ਮੰਗਲ ਗ੍ਰਹਿ ਦੇ ਦੋ ਚੰਦਰਮਾ ਨੇ। ਪਰ ਜਿੱਦਾਂ ਆਪਣਾ ਚੰਦਰਮਾ, ਉਹ ਇੱਦਾਂ ਨਹੀਂ, ਉਹ ਬਹੁਤ ਛੋਟੇ ਨੇ। ਸਾਧ ਸੰਗਤ ਜੀ, ਇਸੇ ਤਰ੍ਹਾਂ ਸਾਡੇ ਸੋਲਰ ਸਿਸਟਮ ਦੇ ਵਿੱਚ ਹੀ ਕਿਸੇ ਗ੍ਰਹਿ ਦੇ 60 ਚੰਦਰਮਾ, 62 ਚੰਦਰਮਾ ਨੇ, ਕਿਸੇ ਦੇ 35, 40 ਵੀ ਨੇ, ਬੜੇ ਬੜੇ ਨੇ। ਇਸ ਤਰ੍ਹਾਂ ਚੰਦਰਮਾ ਵੀ ਬੜੇ ਨੇ, ਸੂਰਜ ਵੀ ਬੜੇ ਨੇ। ਸਾਡਾ ਸੋਲਰ ਸਿਸਟਮ ਇੱਕ ਸੂਰਜ ਵਾਲਾ ਸੋਲਰ ਸਿਸਟਮ ਹੈ। ਜ਼ਿਆਦਾਤਰ ਜਿਹੜੇ ਸੋਲਰ ਸਿਸਟਮ ਨੇ ਉਹਨਾਂ ਦੇ ਵਿੱਚ ਦੋ ਦੋ ਸੂਰਜ ਹੁੰਦੇ ਨੇ। ਅੱਜ ਵਿਗਿਆਨ ਦੱਸ ਰਿਹਾ ਵੀ ਜ਼ਿਆਦਾਤਰ ਵਿੱਚ ਦੋ ਦੋ ਸੂਰਜ ਹੁੰਦੇ ਨੇ ਇਕੱਠੇ। ਬਹੁਤ ਘੱਟ ਸੋਲਰ ਸਿਸਟਮ ਨੇ ਸਾਡੇ ਵਰਗੇ ਜਿਨ੍ਹਾਂ ਵਿੱਚ ਇੱਕ ਸੂਰਜ ਹੈ। ਤੋ ਜਿਹੜੀਆਂ ਉੱਤੇ ਧਰਤੀਆਂ ਹੋਣਗੀਆਂ ਉੱਤੇ ਦੋ ਸੂਰਜ ਹੋਣਗੇ। ਤੋ ਸਾਧ ਸੰਗਤ ਜੀ, ਜਿਹਦੇ 60 ਚੰਦਰਮਾ ਨੇ ਤੋ ਉੱਤੇ ਰੋਜ਼ ਹੀ 5-7 ਪੁੰਨਿਆਂ ਹੋਣੀਆਂ ਨੇ, ਰੋਜ਼ ਹੀ 5-7 ਮੱਸਿਆ ਵੀ ਹੋਣੀਆਂ ਨੇ। ਆਪਾਂ ਤਾਂ ਕਹਿੰਦੇ 15 ਦਿਨਾਂ ਬਾਅਦ ਮੱਸਿਆ ਆਉਂਦੀ ਹੈ, ਫਿਰ ਪੁੰਨਿਆ ਆਉਂਦੀ ਹੈ। ਅਤੇ ਜਿਹੜੇ ਗ੍ਰਹਿ 'ਤੇ 60-62 ਚੰਦਰਮਾ ਨੇ ਉੱਤੇ ਕੀ ਕਹਿੰਦੇ ਹੋਣਗੇ ਵੀ ਅੱਜ 7 ਮੱਸਿਆ ਨੇ ਅਤੇ 15 ਪੁੰਨਿਆ ਨੇ, ਉੱਤੇ ਇੱਦਾਂ ਦਾ ਸਿਸਟਮ ਹੋਏਗਾ। ਇਸ ਕਰਕੇ ਉਹ ਕਹਿੰਦੇ ਗੁਰੂ ਨਾਨਕ ਨੇ ਬਾਣੀ ਵਿੱਚ ਕਿਹਾ ਬੜੇ ਚੰਦਰਮਾ ਨੇ ਅਤੇ ਬੜੇ ਸੂਰਜ ਨੇ। ਕਹਿੰਦੇ ਜੇ ਇੱਦਾਂ ਹੈ ਤੇ ਫਿਰ ਦਿਸਦੇ ਕਿਉਂ ਨਹੀਂ ਹਨ, ਕਿਉਂ ਨਾ ਇਹਾ ਤੇ ਸੋ ਦਿਖ ਪਰ। ਜੇ ਚੰਦਰਮਾ ਜ਼ਿਆਦੇ ਹੁੰਦੇ ਤੇ ਦਿਸ ਨਾ ਪੈਂਦੇ, ਜੇ ਸੂਰਜ ਜ਼ਿਆਦੇ ਹੁੰਦੇ ਤੇ ਦਿਸ ਨਾ ਪੈਂਦੇ। ਕਿਤੋ ਬੀਚ ਰਚਿਓ ਇਤ ਪਰ। ਕਹਿੰਦੇ ਇਸ ਲਈ ਜੇ ਇਹ ਗੱਲਾਂ ਗੁਰੂ ਨਾਨਕ ਸਾਹਿਬ ਦੀਆਂ ਸੱਚ ਹੁੰਦੀਆਂ ਤੇ ਪਤਾ ਲੱਗ ਜਾਂਦਾ। ਤਾਂ ਹੁਣ ਪਤਾ ਲੱਗ ਹੀ ਗਿਆ ਨਾ, ਸਤਿਗੁਰਾਂ ਨੇ ਕਿਹਾ ਕੇਤੇ ਇੰਦ, ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ। ਤੁਹਾਨੂੰ ਪਤਾ ਲੱਗ ਗਿਆ ਕਿੰਨੇ ਹੀ ਚੰਦਰਮਾ ਨੇ, ਪਤਾ ਲੱਗ ਗਿਆ ਕਿੰਨੇ ਹੀ ਸੂਰਜ ਨੇ, ਕਿੰਨੇ ਹੀ ਆਕਾਸ਼ ਨੇ, ਕਿੰਨੇ ਹੀ ਪਤਾਲ ਨੇ, ਪਤਾਲ ਹੀ ਪਤਾਲ, ਆਕਾਸ਼ ਹੀ ਆਕਾਸ਼, ਧਰਤੀਆਂ ਹੀ ਧਰਤੀਆਂ। ਆਪਾਂ ਨੂੰ ਹੁਣ ਪਤਾ ਲੱਗ ਗਿਆ ਬ੍ਰਹਿਮੰਡ ਕਿੰਨਾ ਵੱਡਾ ਹੈ। ਅਤੇ ਸਤਿਗੁਰਾਂ ਦੀ ਬਾਣੀ ਇੱਕ ਬ੍ਰਹਿਮੰਡ ਦੀ ਗੱਲ ਨਹੀਂ ਕਰਦੀ। ਮਹਾਰਾਜ ਜੀ ਕਹਿੰਦੇ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਕਰੋੜਾਂ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਸਾਡਾ ਸਤਿਗੁਰੂ ਵਾਹਿਗੁਰੂ ਅਕਾਲ ਪੁਰਖ, ਕਰੋੜਾਂ ਬ੍ਰਹਿਮੰਡਾਂ ਦਾ। ਵਿਗਿਆਨ ਅਜੇ ਇਹਦੇ ਬਾਰੇ ਸਿਰਫ ਬੁਝਾਰਤਾਂ ਹੀ ਪਾਉਂਦਾ ਪਿਆ ਕਿ ਬ੍ਰਹਿਮੰਡ ਇੱਕ ਤੋਂ ਵਧੀਕ ਹੋ ਸਕਦੇ ਨੇ, ਕਦੀ ਪੈਰਲਲ ਯੂਨੀਵਰਸ, ਕਦੇ ਕੁਝ ਇੱਦਾਂ ਦੀਆਂ ਗੱਲਾਂ। ਤੋ ਉਹ ਗੱਲਾਂ ਵਿਗਿਆਨ ਨੇ ਜਿੰਨੀਆਂ ਖੋਜਾਂ ਕੀਤੀਆਂ ਨੇ, ਕੋਈ ਇੱਕ ਖੋਜ ਦੱਸ ਦੇਵੇ ਜਿਹੜੀ ਖੋਜ ਨੇ ਗੁਰੂ ਕੀ ਬਾਣੀ ਨੂੰ ਝੂਠਾ ਸਿੱਧ ਕੀਤਾ ਹੋਵੇ, ਜਿਹੜੀ ਖੋਜ ਨਾਲ ਗੁਰੂ ਕੀ ਬਾਣੀ ਸੱਚੀ ਸਿੱਧ ਨਾ ਹੋਈ ਹੋਵੇ, ਕੋਈ ਖੋਜ। ਮਹਾਰਾਜ ਜੀ ਕਹਿੰਦੇ ਨੇ
ਕਿ ਭਾਈ ਜਿੰਨਾ ਕੁਝ ਬਾਹਰ ਹੈ ਉਨਾ ਹੀ ਕੁਝ ਅੰਦਰ ਹੈ। ਇਹ ਬਚਨ ਆਪਾਂ ਪੜ੍ਹਦੇ ਹਾਂ ਨਾ ਭਗਤ ਬਾਣੀ ਦੇ ਵਿੱਚ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਵਿਗਿਆਨ ਨੇ ਸਿੱਧ ਕੀਤਾ ਜੇ ਆਪਾਂ ਬਾਹਰ ਤੁਰ ਪਈਏ, ਸਾਡੀ ਧਰਤੀ ਹੈ, ਫਿਰ ਸੂਰਜ ਮੰਡਲ ਹੈ, ਫਿਰ ਇਹਦੇ ਤੋਂ ਗਾਂਹ ਜਾਈਏ ਗਲੈਕਸੀ ਹੈ, ਫਿਰ ਗਾੜੀ ਨੈਬੂਲਾ ਅਤੇ ਬ੍ਰਹਿਮੰਡ ਅਤੇ ਬੜਾ ਕੁਝ, ਅੰਤੀ ਕੋਈ ਨਹੀਂ। ਅਤੇ ਜੇ ਅੰਦਰ ਨੂੰ ਚੱਲ ਪਈਏ ਤਾਂ ਸਾਡੇ ਸਰੀਰ ਦੇ ਕਿਸੇ ਅੰਗ ਵੱਲ ਚੱਲ ਪਾਓ ਅਤੇ ਅੰਦਰ ਚੱਲਦਿਆਂ 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 ਇੰਨੀ ਬਰੀਕੀ ਇੰਨੀ ਬਰੀਕੀ ਇੰਨੀ ਬਰੀਕੀ 'ਚ ਗਏ, ਕਹਿੰਦੇ ਸਰੀਰ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ, ਇੰਨਾ ਕੁਝ ਹੈ ਸਾਡੇ ਸਰੀਰ ਦੇ ਵਿੱਚ। ਬਾਹਰ ਤੁਰ ਪਾਓ ਤਾਂ ਵੀ ਬੇਅੰਤ, ਅੰਦਰ ਤੁਰ ਪਾਓ ਤਾਂ ਵੀ ਬੇਅੰਤ, ਬਾਹਰ ਤੁਰ ਪਾਓ ਤਦ ਵੀ ਹੱਥ ਖੜ੍ਹੇ ਹੋ ਜਾਂਦੇ ਨੇ ਸਮਝ ਨਹੀਂ ਆਉਂਦੀ, ਅੰਦਰ ਤੁਰ ਪਾਓ ਤਦ ਵੀ ਸਮਝ ਕੁਝ ਨਹੀਂ ਆਉਂਦੀ। ਗੁਰੂ ਕੀ ਬਾਣੀ ਦੇ ਬਚਨ ਨੇ। ਇਸੇ ਤਰ੍ਹਾਂ ਦਾਸ ਨੇ ਪਿੱਛੇ ਵੀ ਬੇਨਤੀ ਕੀਤੀ ਸੀ। ਵਿਗਿਆਨ ਕਹਿੰਦਾ ਹੈ ਕਿ ਲਗਭਗ 14 ਅਰਬ ਸਾਲ ਪਹਿਲਾਂ ਬਿਗ ਬੈਂਗ ਹੋਇਆ, ਉਹਦੇ ਤੋਂ ਸ੍ਰਿਸ਼ਟੀ ਦੀ ਸ਼ੁਰੂਆਤ ਹੋ ਗਈ। ਗੁਰੂ ਕੀ ਬਾਣੀ ਨੇ ਕਿਹਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਵੀ ਇਹ ਸ੍ਰਿਸ਼ਟੀ ਕਦੋਂ ਬਣੀ ਹੈ। ਵਿਗਿਆਨੀਆਂ ਨੇ ਕਿਹਾ ਅਸਾਂ ਤਾਂ ਅੰਦਾਜ਼ਾ ਲਾ ਲਿਆ, 14 ਅਰਬ ਸਾਲ ਪਹਿਲਾਂ ਬਣੀ ਹੈ। ਅਤੇ ਸਾਧ ਸੰਗਤ ਜੀ, ਪਿਛਲੇ ਸਾਲ ਕੀ ਹੋਇਆ, ਹੁਣ ਤੱਕ ਦੀ ਸਭ ਤੋਂ ਵੱਡੀ ਦੂਰਬੀਨ ਵਿਗਿਆਨੀਆਂ ਨੇ ਆਕਾਸ਼ ਵਿੱਚ ਘੱਲੀ, ਜੇਮਸ ਵੈਬ ਟੈਲੀਸਕੋਪ, ਉਹਦੇ ਨਾਲ ਖੋਜ ਕੀਤੀ ਅਤੇ ਬਹੁਤ ਪੁਰਾਣੇ ਤਾਰੇ ਲੱਭ ਗਏ। ਇਹ ਤਾਂ ਬਿਲਕੁਲ ਨਵੀਂ ਖੋਜ ਹੈ, ਤੁਸੀਂ ਚੈੱਕ ਕਰੋ ਇੰਟਰਨੈੱਟ 'ਤੇ, ਨਵੇਂ ਤਾਰੇ ਲੱਭ ਗਏ। ਅਤੇ ਉਹਨਾਂ ਤਾਰਿਆਂ ਦੀ ਉਮਰ ਜਦੋਂ ਪਤਾ ਕੀਤੀ ਤਾਂ ਇੱਕ ਤਾਰਾ ਤਾਂ ਇਹੋ ਜਿਹਾ ਹੈ ਜਿਹਦੀ ਉਮਰ 15-18, ਕਈਆਂ ਨੇ ਤਾਂ 16 ਕਹੀ ਹੈ, ਕਈਆਂ ਨੇ 18, ਕਈਆਂ ਨੇ 20 ਵੀ ਕਹਿ ਦਿੱਤੀ, 20 ਅਰਬ ਸਾਲ। ਯਾਨੀ ਕਿ ਦਾਦੇ ਦਾ ਡੇਟ ਔਫ ਬਰਥ ਦਾ ਸਰਟੀਫਿਕੇਟ ਸੀ ਉਹਦੇ 'ਤੇ ਲਿਖਿਆ ਤਾਂ ਜਨਮ 1930, ਪੋਤੇ ਦਾ ਸਰਟੀਫਿਕੇਟ ਲੱਭਿਆ ਅਤੇ ਉਹਦੇ 'ਤੇ 1920 ਲਿਖਿਆ ਹੋਇਆ ਸੀ ਕਿ ਦਾਦਾ ਛੋਟਾ ਹੈ ਪੋਤੇ ਨਾਲੋਂ, ਪੋਤਾ ਜ਼ਿਆਦਾ ਪੁਰਾਣਾ ਸੀ ਦਾਦੇ ਨਾਲੋਂ। ਅਤੇ ਕਹਿੰਦੇ ਨਹੀਂ, ਗਲਤੀ ਲੱਗ ਗਈ, ਦਾਦੇ ਦੀ ਉਮਰ ਅਸੀਂ ਗਲਤ ਅੰਦਾਜ਼ਾ ਲਾ ਬੈਠੇ ਹਾਂ। ਬਿਗ ਬੈਂਗ ਨੂੰ ਦਾਦਾ ਗਿਣ ਲਓ, ਉਹਨਾਂ ਤਾਰਿਆਂ ਨੂੰ ਪੋਤੇ ਗਿਣ ਲਓ। ਉਹ ਕਹਿੰਦੇ ਗਲਤੀ ਲੱਗ ਗਈ ਹੈ ਪੁਰਾਣੇ ਵਿਗਿਆਨੀਆਂ ਨੂੰ, ਅਸੀਂ ਨਵੇਂ ਸਿਰਿਓਂ ਉਹਦੀ ਗਿਣਤੀ ਕਰਾਂਗੇ ਅਤੇ ਇਹ ਜਿਹੜੀ ਬਿਗ ਬੈਂਗ ਦੀ ਉਮਰ ਹੈ ਨਾ, ਇਹ 14 ਅਰਬ ਤੋਂ ਪਿੱਛੇ ਜਾਵੇਗੀ, ਪਤਾ ਨਹੀਂ 18, ਪਤਾ ਨਹੀਂ 20, ਪਤਾ ਨਹੀਂ 35, ਪਤਾ ਨਹੀਂ 40। ਇਹ ਨਵੇਂ ਸਿਰਿਓਂ ਖੋਜ ਹੋਣੀ ਆ ਹੁਣ, ਅਤੇ ਜਿਹੜੀ ਨਵੀਂ ਖੋਜ ਹੋਣੀ ਆ ਉਹਨੂੰ ਹੁੰਦੀ ਨੂੰ 10 ਸਾਲ ਲੱਗਣੇ ਨੇ ਅਜੇ। ਮੰਨ ਲਓ ਵੀ 10 ਸਾਲਾਂ ਨੂੰ ਉਹਨਾਂ ਨੇ ਖੋਜ ਕਰ ਲਈ, ਉਹਨਾਂ ਕਹਿਤਾ ਜੀ 14 ਨਹੀਂ ਬਲਕਿ 30 ਅਰਬ ਸਾਲ ਪੁਰਾਣਾ ਹੈ, ਅਤੇ 50 ਸਾਲਾਂ ਬਾਅਦ ਨਵੇਂ ਵਿਗਿਆਨੀ ਆ ਜਾਣੇ ਨੇ। ਉਹਨਾਂ ਨੇ ਕਹਿਣਾ ਨਹੀਂ, ਉਹ 50 ਸਾਲ ਵਾਲੀ ਗੱਲ ਵੀ ਗਲਤ ਸੀ, 30 ਵਾਲੀ ਵੀ ਗਲਤ ਸੀ, ਅਸੀਂ ਨਵੀਂ ਦੱਸਾਂਗੇ ਹੁਣ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ, ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ, ਇਹਦਾ ਅੰਤ ਕੋਈ ਵੀ ਨਹੀਂ ਪਾ ਸਕੇਗਾ। ਜੇ ਤੁਮ ਕਹੋ ਦੂਰ ਬਹੁ ਅਹੈ, ਉਹ ਕਹਿੰਦੇ ਨੇ ਜੇ ਤੁਸੀਂ ਕਹੋ ਵੀ ਇਹ ਨਜ਼ਰ ਤਾਂ ਨਹੀਂ ਆਉਂਦੇ ਕਿਉਂਕਿ ਬਹੁਤ ਦੂਰ ਹਨ, ਇਸ ਥਲ ਤੇ ਦ੍ਰਿਸ਼ਟੀ ਨਹਿ ਲਹੈ, ਜਿਹੜੇ ਸੂਰਜ ਨੇ ਜਾਦੇ ਨੇ, ਚੰਦਰਮਾ ਜਾਦੇ ਨੇ, ਪਰ ਇੱਥੋਂ ਨਹੀਂ ਨਜ਼ਰ ਆਉਂਦੇ। ਜੇਤੇ ਨਭ ਤੇਤੇ ਸੱਸ ਸੂਰ, ਕਹਿੰਦੇ ਜੇਤੇ ਨਭ ਤੇਤੇ ਸੱਸ ਸੂਰ, ਜਿੰਨੇ ਉਹ ਕਹਿੰਦੇ ਆਕਾਸ਼ ਨੇ ਉਹਨੇ ਸੂਰੇ ਤੇ ਉਹਨੇ ਚੰਦਰਮਾ। ਇਹ ਤੋ ਕਹੀਅਤ ਰੀਤ ਅਕੂਰ, ਕਹਿੰਦੇ ਫਿਰ ਇਹ ਤਾਂ ਗੱਲ ਗਲਤ ਹੋ ਗਈ ਨਾ, ਇਹ ਤਾਂ ਗੱਲ ਫਿਰ ਝੂਠੀ ਹੋ ਗਈ। ਤੋ ਤੁਮ ਸ਼ਕਤਵੰਤ ਦਿਖਰਾਵ ਹੋ, ਜੇ ਤੁਸੀਂ ਏਡੀ ਸ਼ਕਤੀ ਦੇ ਮਾਲਕ ਹੋ, ਪਰ ਆਕਾਸ਼ ਕੇ ਸੱਸ ਨੇ ਰਾਵ, ਸਾਨੂੰ ਪਰਲੇ ਆਕਾਸ਼ਾਂ ਦੇ ਜਿਹੜੇ ਚੰਦਰਮਾ ਤੇ ਸੂਰਜ ਨੇ ਉਹ ਵੀ ਵਿਖਾ ਦਿਓ। ਉਗਿਓ ਆਜ ਸੱਸ ਪੂਰਨ ਮਾਛੀ, ਕਿਉਂਕਿ ਅੱਜ ਪੂਰਨ ਮਾਸ਼ੀ ਹੈ, ਪੁੰਨਿਆ ਹੈ, ਰਾਤ ਦਾ ਸਮਾਂ ਹੈ, ਤੇ ਅੱਜ ਚੰਦਰਮਾ ਜਿਹੜਾ ਹੈ ਉਹ ਚੜਿਆ ਹੋਇਆ। ਇਹ ਸਮ ਦੂਜੋ ਹੋਏ ਪ੍ਰਕਾਸ਼ੇ, ਵਿਖਾਓਗਾ ਭਲਾ ਜੇ ਸੂਰਜ ਤੇ ਚੰਦਰਮਾ, ਗੁਰਬਾਣੀ ਕਹਿੰਦੀ ਹੈ ਬੜੇ ਨੇ
ਤੇ ਜੇ ਤੁਸੀਂ ਸੱਚੇ ਹੋ ਤੇ ਸਾਨੂੰ ਦੂਜਾ ਚੰਦਰਮਾ ਵਿਖਾ ਦਿਓ। ਸਭਾ ਮਿਲੋਕ ਹੈ ਅਚਰਜ ਰਾਚੀ। ਸਾਧ ਸੰਗਤ ਜੀ, ਅੱਜ ਕੱਲ੍ਹ ਤਾਂ ਇਹ ਬੱਚਿਆਂ ਦੀ ਖੇਡ ਹੋ ਗਈ ਹੈ ਨਾ, ਟੈਲੀਸਕੋਪ ਦੇ ਨਾਲ ਵੇਖ ਲਓ ਜੋ ਮਰਜ਼ੀ। ਉਹਨਾਂ ਜ਼ਮਾਨਿਆਂ 'ਚ ਸੋਚੋ ਭਲਾ ਇਹ ਕਿੰਨਾ ਔਖਾ ਕੰਮ ਸੀ। ਉਹਨਾਂ ਜ਼ਮਾਨਿਆਂ 'ਚ ਕਿਸੇ ਨੂੰ ਦੱਸਣਾ ਵੀ ਸੂਰਜ ਵੀ ਬੜੇ ਨੇ, ਚੰਦਰਮਾ ਵੀ ਬੜੇ ਨੇ, ਕੋਈ ਮੰਨ ਸਕਦਾ ਸੀ? ਕਿਸੇ ਨਹੀਂ ਸੀ ਮੰਨਣਾ। ਤੋ ਕਹਿੰਦੇ ਵਿਖਾਓ ਸਾਨੂੰ ਦੂਜਾ ਚੰਦਰਮਾ। ਤੋ ਜਨ ਹੈ ਬਾਣੀ ਗੁਰ ਸਾਚੀ। ਉਹ ਕਹਿੰਦੇ ਜੇ ਵਿਖਾ ਦਿਓ ਤਾਂ ਅਸੀਂ ਗੁਰੂ ਕੀ ਬਾਣੀ ਨੂੰ ਸੱਚੀ ਜਾਣਾਂਗੇ। ਸੁਣ ਸ਼੍ਰੀ ਰਾਮ ਰਾਏ ਜੀ ਕਹਿਓ। ਇਹ ਸੁਣ ਕੇ ਬਾਬੇ ਰਾਮ ਰਾਏ ਨੇ ਆਖਿਆ, ਇਸ ਮਹਿ ਕਿਆ ਸੰਸਾ ਤੁਮ ਲਹਿਓ। ਕਿੱਡੀ ਕੁ ਵੱਡੀ ਗੱਲ ਹੈ, ਇਹਦੇ ਵਿੱਚ ਕਿਹੜਾ ਸੰਸਾ ਹੈ, ਹੁਣੇ ਵਿਖਾ ਦਿੰਦੇ ਹਾਂ। ਸ਼੍ਰੀ ਸਤਿਗੁਰ ਸਭ ਸਾਚ ਬਖਾਨੀ। ਕਿਉਂਕਿ ਸਤਿਗੁਰਾਂ ਦੀ ਬਾਣੀ ਬਿਲਕੁਲ ਸੱਚ ਹੈ, ਜੋ ਕੁਝ ਮਹਾਰਾਜ ਨੇ ਕਿਹਾ ਸਭ ਸੱਚ ਹੈ। ਜਿੱਤੀ ਪਹੁੰਚ ਨੀਕੇ ਕਰ ਜਾਨੀ। ਜਿੰਨੀ ਕਿਸੇ ਦੀ ਪਹੁੰਚ ਹੈ ਉਹਨਾਂ ਕੋ ਕਿਸੇ ਨੇ ਸਮਝ ਲਿਆ। ਜਬ ਸਾਹਿਬ ਪਹੁੰਚੇ ਬਗਦਾਦ। ਜਦੋਂ ਗੁਰੂ ਨਾਨਕ ਦੇਵ ਜੀ ਬਗਦਾਦ ਗਏ ਸਨ, ਕਹਿ ਕੇ ਪੀਰ ਕੀਨ ਬਹੁ ਬਾਦ। ਉਤੋਂ ਦਾ ਪੀਰ ਸੀ ਦਸਤਗੀਰ, ਉਹਨੂੰ ਬੜਾ ਮਾਣ ਸੀ। ਇਸ ਤੁਕ ਕੋ ਮਨ ਹੈ ਨਹਿ ਕੈਸੇ। ਉਹ ਵੀ ਸਤਿਗੁਰਾਂ ਦੇ ਵਚਨਾਂ ਨੂੰ ਮੰਨਦਾ ਨਹੀਂ ਸੀ ਜਿਵੇਂ ਕਿਵੇਂ। ਜਨ ਹੈ ਤਬੈ ਪਿਖੋਂ ਚੱਖ ਤੈਸੇ। ਉਹ ਵੀ ਕਹਿੰਦਾ ਸੀ ਮੈਨੂੰ ਵਿਖਾਓ, ਵੇਖਾਂਗਾ ਕਰਾਮਾਤ ਤਾਂ ਮੰਨਾਂਗਾ। ਸੁਣ ਸ਼੍ਰੀ ਸਤਿਗੁਰ ਤਿਸੈ ਦਿਖਾਏ। ਸੁਣ ਕੇ ਸਤਿਗੁਰਾਂ ਨੇ ਉਹਨੂੰ ਫਿਰ ਵਿਖਾਏ। ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੇ ਵਿੱਚ ਇਹ ਜ਼ਿਕਰ ਸਾਰਾ ਆਇਆ ਹੈ। ਗਹਿਓ ਹਾਥ ਕਹਿ ਨੈਣ ਮੁੰਦਾਏ। ਉਹਨੂੰ ਅੱਖਾਂ ਆਖਿਆ ਮੀਟ, ਉਹਨੇ ਮੀਟ ਲਈਆਂ। ਸਤਿਗੁਰਾਂ ਨੇ ਉਹਨੂੰ ਸਾਰੇ ਖੰਡਾਂ ਬ੍ਰਹਿਮੰਡਾਂ ਦੀ ਸੈਰ ਕਰਵਾ ਦਿੱਤੀ। ਹਾਰ ਗਇਓ ਦੇਖਤ ਆਨ ਗਨ ਕੋ। ਉਹ ਵੀ ਹਾਰ ਗਿਆ ਸੀ, ਉਹ ਵੀ ਹੱਥ ਜੋੜ ਕੇ ਬਹਿ ਗਿਆ ਸੀ। ਸੰਸੈ ਸ਼ਕਲ ਬਿਨਾਸਿਓ ਮਨ ਕੋ। ਸਾਰੇ ਸੰਸੈ ਉਹਦੇ ਮਨ ਦੇ ਨਿਕਲ ਗਏ ਸਨ। ਜੇ ਤੁਮ ਭਰਮ ਕਰਤ ਹੋ ਕੂਰ। ਜੇ ਤੁਸੀਂ ਵੀ ਭਰਮ ਕਰਦੇ ਹੋ, ਤੁਹਾਨੂੰ ਵੀ ਲੱਗਦਾ ਕਿ ਸਤਿਗੁਰਾਂ ਦੀ ਬਾਣੀ ਝੂਠੀ ਹੈ। ਕੰਮ ਕਰ ਦੇ ਹੈ ਸਗਰੋ ਦੂਰ। ਤੁਹਾਡੇ ਮਨ ਦਾ ਸ਼ੰਕਾ ਅਸੀਂ ਦੂਰ ਕਰ ਦਿੰਦੇ ਹਾਂ। ਅਬ ਦੂਸਰ ਸੱਸ ਆਏ ਪ੍ਰਕਾਸ਼। ਹੁਣੇ ਦੂਸਰਾ ਚੰਦਰਮਾ ਵੀ ਨਜ਼ਰ ਆ ਜਾਵੇਗਾ ਤੁਹਾਨੂੰ। ਸਭ ਕੇ ਸੰਸੇ ਤੁਰਤ ਬਿਨਾਸ਼ੈ। ਸਾਰਿਆਂ ਦੇ ਸੰਸੇ ਹੁਣੇ ਦੂਰ ਕਰ ਦਿਆਂਗੇ। ਇਤਨੇ ਮਹਿ ਸਭ ਕੋ ਦ੍ਰਿਸ਼ਟਾਇਓ। ਇਹਨੇ ਦੇ ਵਿੱਚ ਆਕਾਸ਼ ਵੱਲ ਜਦੋਂ ਝਾਤੀ ਮਾਰ ਕੇ ਵੇਖਿਆ, ਨਭ ਮਹਿ ਦੂਸਰ ਸੱਸ ਪ੍ਰਗਟਾਇਓ। ਆਕਾਸ਼ ਦੇ ਵਿੱਚ ਇੱਕ ਨਹੀਂ ਬਲਕਿ ਦੋ ਚੰਦਰਮਾ ਚੜੇ ਹੋਏ ਸਨ। ਜਗ ਦੇਖਤ ਸਗਰੇ ਬਿਸਮਾਏ। ਇਹਨੂੰ ਵੇਖ ਕੇ ਸਾਰੇ ਮੌਲਵੀ ਬੜੇ ਹੈਰਾਨ ਹੋ ਗਏ। ਭਾਵ ਅਚਰਜ ਗਾਤ ਲਖੀ ਨਾ ਜਾਏ। ਇਹ ਚੀਜ਼ ਫਿਜ਼ੀਕਲ ਹੋਈ ਹੈ ਕਿ ਨਹੀਂ, ਇਹਦਾ ਕੋਈ ਦਾਅਵਾ ਨਹੀਂ। ਹੋ ਸਕਦਾ ਹੈ ਬਾਬਾ ਰਾਮ ਰਾਏ ਜੀ ਨੇ ਉਹਨਾਂ ਦਾ ਮਨ ਭਰਮਾ ਕੇ ਉਹਨਾਂ ਨੂੰ ਦੋ ਚੰਦਰਮਾ ਵਿਖਾ ਦਿੱਤੇ। ਇਹ ਤਾਂ ਹੁਣ ਉਹਨਾਂ ਦੇ ਸਵਾਲ ਦਾ ਉੱਤਰ ਹੀ ਸੀ ਨਾ। ਹੁਣ ਇਹਦੇ 'ਤੇ ਅਸੀਂ ਕੁਤਰਕ ਕਰੀ ਜਾਈਏ ਵੀ ਹੋਰ ਲੋਕਾਂ ਨੂੰ ਦੱਸਿਆ ਕਿ ਨਹੀਂ, ਬਾਕੀਆਂ ਨੂੰ ਦਸਾਉਣ ਦੀ ਲੋੜ ਹੀ ਕੋਈ ਨਹੀਂ ਸੀ। ਉਹ ਜਿਹੜੇ ਤਰਕ ਕਰਦੇ ਸੀ ਉਹਨਾਂ ਨੂੰ ਹੀ ਵਿਖਾਉਣ ਦੀ ਲੋੜ ਸੀ। ਕਾਬੂ ਆਕਾਸ਼ ਮੈਂ ਭਇਓ ਨਾ ਐਸੇ। ਉਹ ਵੇਖ ਕੇ ਅੱਖਾਂ ਮਲਨ ਵੇਖਣ, ਕਹਿੰਦੇ ਅਸੀਂ ਜ਼ਿੰਦਗੀ ਭਰ ਐਸੀ ਗੱਲ ਨਾ ਕਦੀ ਵੇਖੀ ਤੇ ਨਾ ਕਦੀ ਸੁਣੀ। ਦੇਖਿਓ ਨਹੀਂ ਸੁਣਿਓ ਨਹਿ ਕੈਸੇ। ਨਾ ਤਾਂ ਵੇਖੀ ਹੈ ਤੇ ਨਾ ਹੀ ਕਦੇ ਸੁਣੀ ਹੈ। ਪੁਸਤਕ ਅਨਕ ਕਿਤਾਬ ਮਝਾਰੇ। ਸਾਰੇ ਹੈਰਾਨ ਹੋ ਕੇ ਲੱਗੇ ਨੇ ਵੇਖਣ, ਨਾਲੇ ਬਾਬੇ ਰਾਮ ਰਾਏ ਦੀਆਂ ਗੱਲਾਂ ਕਰਨ। ਪੱਠੇ ਉਹਨਾਂ ਕੇ ਨਾ ਭਾ ਅਚਰਜ ਭਾਰੇ। ਬੜੀਆਂ ਕਿਤਾਬਾਂ ਪੜ੍ਹੀਆਂ ਨੇ, ਬੜਾ ਕੁਝ ਕੰਘਾਲਿਆ, ਪਰ ਕਿਤੇ ਅਸੀਂ ਐਸਾ ਨਹੀਂ ਪੜ੍ਹਿਆ, ਕਦੇ ਕਿਸੇ ਨੇ ਐਸਾ ਨਹੀਂ ਲਿਖਿਆ। ਉੱਚੇ ਚੜ੍ਹ ਚੜ੍ਹ ਪੁਰ ਮਹਿ ਦੇਖ ਹੈ। ਉੱਚੀਆਂ ਥਾਵਾਂ ਤੇ ਚੜ੍ਹ ਚੜ੍ਹ ਕੇ ਵੀ ਵੇਖਣ ਲੱਗੇ, ਤਸੱਲੀ ਕਰ ਲਈਏ ਕਿਤੇ ਅੱਖਾਂ ਦਾ ਧੋਖਾ ਨਾ ਹੋਵੇ। ਕਹਿ ਪਰਸ ਪਰ ਬਿਸਮ ਬਸਿੱਖ ਹੈ। ਹੈਰਾਨ ਬੜੇ ਪਰੇਸ਼ਾਨ ਹੁੰਦੇ ਨੇ, ਇੱਕ ਐਸੀ ਅਚਰਜ ਬਾਤ ਹੈ। ਸਭਾ ਸਰਬ ਹੀਰਤ ਬਿਸਮਾਈ। ਸਾਰੀ ਸਭਾ ਵੇਖ ਵੇਖ ਕੇ ਬਹੁਤ ਜ਼ਿਆਦੀ ਹੈਰਾਨ ਹੋਈ। ਬਿਗਸਤ ਸ਼ਾਹੋ ਸੁਦ੍ਰਿਸ਼ਟ ਲਗਾਈ। ਇਸ ਤਰ੍ਹਾਂ ਬਾਦਸ਼ਾਹ ਦੇ ਸਮੇਤ ਸਾਰੇ ਦ੍ਰਿਸ਼ਟੀ ਲਾ ਕੇ ਵੇਖਣ ਲੱਗੇ। ਸਭ ਕੇ ਮਨ ਅਚਰਜ ਨਹਿ ਥੋੜਾ। ਕਿਸੇ ਦੇ ਵੀ ਮਨ ਵਿੱਚ ਹੈਰਾਨੀ ਥੋੜੀ ਨਹੀਂ ਸੀ, ਬਹੁਤ ਜ਼ਿਆਦੀ ਸੀ। ਇਸ ਪਰ ਚੱਲ ਹੈ ਕਹੋ ਕਿਸ ਜ਼ੋਰ।
ਜੋਰਾ। ਉਹ ਇਸ ਤਰ੍ਹਾਂ ਜ਼ੋਰ ਕਿਸੇ ਦਾ ਨਹੀਂ ਸੀ ਚੱਲਦਾ ਵੀ ਹੁਣ ਕੀ ਕੀਤਾ ਜਾਵੇ, ਅਸੀਂ ਤਾਂ ਉਲਟੇ ਫਸ ਗਏ, ਬੇਇੱਜ਼ਤੀ ਹੋ ਗਈ ਸਾਡੀ। ਦਵੈਸ਼ੀ ਮੁੱਲਾ ਅਰ ਉਲਮਾਓ, ਜਿਹੜੇ ਉਲਮਾ ਤੇ ਮੁੱਲੇ ਵਗੈਰਾ ਸਨ, ਬਹੁਤ ਦਵੈਸ਼ ਈਰਖਾ ਕਰਨ ਵਾਲੇ, ਜਰ ਜਰ ਜਾਹੇ ਬਿਲੋਕ ਪ੍ਰਭਾਓ, ਬੜੇ ਸੜੇ ਬੜੇ ਦੁਖੀ ਹੋਏ ਤੇ ਬਹੁਤ ਪ੍ਰਭਾਵ ਇਹਨਾਂ ਤੇ ਪਿਆ। ਸੱਸ ਦੂਸਰ ਪਿਖ ਬਦਨ ਨਿਵਾਇਓ, ਦੋ ਚੰਦਰਮਾ ਵੇਖ ਕੇ ਨੀਵੀਆਂ ਪਾ ਕੇ ਬਹਿ ਗਏ। ਇਤ ਕਹਿਬੇ ਨਹਿ ਊਚ ਉਠਾਇਓ, ਕੋਈ ਵੀ ਉੱਚੀ ਧੌ ਨਹੀਂ ਸੀ ਚੁੱਕਦਾ, ਸਾਰੇ ਬੜੇ ਸ਼ਰਮਿੰਦੇ ਸਨ। ਕਿਆ ਬਪਰੇ ਅਬ ਬਾਕ ਬਖਾਨੇ, ਵਿਚਾਰੇ ਹੁਣ ਕਹਿੰਦੇ ਹੁਣ ਕੀ ਕਹੀਏ ਹੁਣ ਕੀ ਗੱਲ ਕਰੀਏ। ਅਜ਼ਮਤ ਪਾਰ ਬਲ ਚੱਲ ਹੈ ਨਾ ਜਾਣੈ, ਅਜ਼ਮਤ ਕੋਈ ਨੀ, ਇਹਦੀ ਅਜ਼ਮਤ ਦੇ ਸਾਹਮਣੇ ਸਾਡੀ ਕੋਈ ਗੱਲ ਨਹੀਂ ਚੱਲਦੀ। ਦ੍ਰਿੜ ਈਰਖਾ ਗੁਰ ਬਾਕ ਜਿਨ ਹੋ ਕੇ, ਜਿਹੜੇ ਦ੍ਰਿੜ ਈਰਖਾ ਵਾਲੇ ਨੇ ਨਾ, ਜਿਹੜੇ ਸਤਿਗੁਰਾਂ ਦੇ ਬਚਨਾਂ ਤੇ ਤਰਕ ਕਰਦੇ ਨੇ, ਪਰਹੇ ਨਾ ਚਰਨ ਕੋ ਭਾਗ ਤਿੰਨ ਹੋ ਕੇ, ਪਰਹੇ ਨਾ ਚਰਨ ਕੋ ਭਾਗ ਤਿੰਨ ਹੋ ਕੇ, ਉਹਨਾਂ ਦੇ ਮੰਦੇ ਭਾਗ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਕੇ ਚਰਨ ਨਹੀਂ ਵਸੇ। ਇਸ ਪ੍ਰਕਾਰ ਸੱਸ ਦੁਤੀ ਦਿਖਾਇਓ, ਇਸ ਤਰ੍ਹਾਂ ਦੂਸਰਾ ਚੰਦਰਮਾ ਵਿਖਾ ਕੇ, ਨਭ ਮਹਿ ਅਦਕ ਪ੍ਰਕਾਸ਼ ਕਰਾਇਓ, ਆਕਾਸ਼ ਦੇ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਕਰ ਦਿੱਤਾ। ਇਹ ਬਾਬੇ ਰਾਮ ਰਾਏ ਦੀ ਕਰਾਮਾਤ ਸੀ ਜਿਹਨੇ ਉਹਨਾਂ ਮੌਲਵੀਆਂ ਦਾ ਮੂੰਹ ਭੰਨ ਦਿੱਤਾ। ਅੱਜ ਇਹ ਕੋਈ ਵੱਡੀ ਗੱਲ ਹੀ ਨਹੀਂ ਹੈ, ਆ ਟੈਲੀਸਕੋਪ ਦੇ ਨਾਲ ਬੜੇ ਬੜੇ ਗ੍ਰਹਿ, ਬੜੇ ਬੜੇ ਚੰਦਰਮਾ, ਬੜੇ ਬੜੇ ਦੂਰ ਦੇ ਸੂਰਜ ਵੇਖੇ ਜਾਂਦੇ ਨੇ, ਇਹ ਆਮ ਜੀ ਗੱਲ ਹੈ, ਸਾਰਿਆਂ ਨੂੰ ਪਤਾ ਹੈ ਹੁਣ ਚੰਗੀ ਤਰ੍ਹਾਂ। ਸੋ ਆਪਾਂ ਨੂੰ ਇਹ ਮਾਣ ਹੋਣਾ ਚਾਹੀਦਾ ਹੈ ਖਾਲਸਾ ਜੀ, ਕਿਸੇ ਦੇ ਗ੍ਰੰਥ ਵਿੱਚ ਲਿਖਿਆ ਵੀ ਧਰਤੀ ਚਪਟੀ ਹੈ, ਅਤੇ ਕਿਸੇ ਦੇ ਲਿਖਿਆ ਵੀ ਸੂਰਜ ਧਰਤੀ ਦੇ ਦੁਆਲੇ ਚੱਕਰ ਲਾਉਂਦਾ ਹੈ, ਕਿਸੇ ਦੇ ਕੋਈ ਅਤੇ ਕਿਸੇ ਦੇ ਕੋਈ, ਜਿਹਦੀ ਅੱਜ ਵਿਗਿਆਨ ਖਿੱਲੀ ਉਡਾਉਂਦਾ, ਮਜ਼ਾਕ ਉਡਾਉਂਦਾ ਹੈ ਕਿ ਇਹ ਪੁਰਾਣਿਆਂ ਗ੍ਰੰਥਾਂ 'ਚ ਆ ਗੱਲਾਂ ਗਲਤ ਲਿਖੀਆਂ ਹੋਈਆਂ ਨੇ। ਆਪਾਂ ਕੁਰਬਾਨ ਜਾਈਏ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ, ਜਿਨ੍ਹਾਂ ਦਾ ਇੱਕ ਵੀ ਬਚਨ ਅੱਜ ਦੇ ਯੁੱਗ ਦੇ ਵਿੱਚ ਗਲਤ ਸਿੱਧ ਤਾਂ ਹੋਣਾ ਬੜੀ ਦੂਰ ਰਿਹਾ, ਬਲਕਿ ਜਿਵੇਂ ਜਿਵੇਂ ਵਿਗਿਆਨ ਤਰੱਕੀ ਕਰਦਾ ਜਾ ਰਿਹਾ ਨਾ, ਤਿਵੇਂ ਤਿਵੇਂ ਗੁਰਬਾਣੀ ਦੀਆਂ ਗੱਲਾਂ ਸਗੋਂ ਸੱਚ ਸਾਬਤ ਹੋ ਰਹੀਆਂ ਨੇ। ਇਸ ਕਰਕੇ ਪਿਆਰਿਓ, ਆਪਾਂ ਭਰੋਸਾ ਕਰਿਆ ਕਰੀਏ, ਸਿਦਕ ਕਰਿਆ ਕਰੀਏ, ਪੂਰੇ ਗੁਰੂ ਦੇ ਚਰਨਾਂ ਦੇ ਵਿੱਚ ਸਿਰ ਨਿਵਾਇਆ ਕਰੀਏ। ਸੋ ਸਮੇਂ ਦੀ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਖਿਮਾ, ਅਖੀਰਲੇ ਬਚਨਾਂ ਨੂੰ ਰਸਨਾ ਦੁਆਰਾ ਸਾਂਝੇ ਕਰੀਏ, ਸਤਿਗੁਰਾਂ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਇਸ ਪ੍ਰਕਾਰ ਸੱਸ ਦੁਤੀ ਦਿਖਾਇਓ, ਨਭ ਮਹਿ ਅਦਕ ਪ੍ਰਕਾਸ਼ ਕਰਾਇਓ।